ਅਬੀ ਮਿੱਤਰ ਇੱਕ ਗੱਡੀ ਹੋਰ ਆਜੋ ਕਹੇਗਾ ਸਾਲੇ ਜੀ ਦਾ ਆਪ ਵੱਡੀ ਮਿੱਤਰ ਕੀ ਦਾਣੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਹੈ ਓਏ ਇੱਕ ਗੱਲ ਵੇਖੀ ਜਦੋਂ ਪੈਸਿਆਂ ਦਾ ਨਾਂ ਲੈ ਸਾਰੇ ਆ ਕੇ ਬਹਿ ਗਏ ਇਧਰੇ ਇਹ ਕਹੋ ਜਾਂਦੀ ਅੱਗੇ ਵੇ ਯਾਰ ਬੜੀ ਗਲਤ ਗੱਲ ਦੇ ਦਿਓ ਜਦ ਨਵੀਂ ਗੱਡੀ ਲੈ ਕੇ ਆਈ ਦੀ ਕਿਹੜੀ ਬੰਨੀ ਦੀ ਆ ਇਹਦੇ ਕੱਪੜੇ ਇਦਾਂ ਲਵਾਵਾਂਗੇ ਇਦਾਂ ਪਵਾਵਾਂਗੇ ਨਵੀਂ ਗੱਡੀ ਲਈ ਆਪਾਂ ਕੇ ਖਾਣਾ ਸੌਣ ਕਿਉਂ ਨਹੀਂ ਦਿੰਦੇ ਸਾਨੂੰ ਰਮਣਾ ਦੱਸਦਾ ਨਹੀਂ ਮੈਂ ਇੱਥੇ ਨਹੀਂ ਸੌਂਿਆ ਕਰਦਾ ਮਾਦਾ ਸਵੇਰੇ ਕਦੇ ਤੋਂ ਨਾ ਲੇਟ ਹਾਂ ਅੱਜ ਮੈਂ ਲੇਟ ਉੱਠਣਾ ਸੀ ਤਾਂ ਅੱਜ ਮੈਨੂੰ ਟੈਂਸ ਉਠਾਈ ਜਾਂਦੇ ਅੱਜ ਲੇਟ ਉੱਠਣਾ ਅੱਜ ਤੇ ਹੋਰ ਅੱਜ ਅਸੀਂ ਕੋਈ ਨਵੀਂ ਚੀਜ਼ ਲੈਣ ਜਾਣੀ ਨਾ ਅੱਜ ਕਿਹੜੀ ਨਵੀਂ ਲੈ ਆਉਣੀ ਹੋਣਾ ਚੱਲੇ ਚੰਡੀਗੜ੍ਹ ਦੋ ਜਣੇ ਫਿਰ ਦੋਵੇਂ ਜਣੇ ਹਾਂ ਹੁਣ ਕੀ ਚਾਹੀਦਾ ਡੱਡਾ ਦੋਵਾਂ ਨੂੰ ਕਿ ਕੀ ਕਰਾਂ ਹਾਂ ਜਦ ਸਾਡਾ ਜੀ ਨਹੀਂ ਨਾ ਮੰਗਦਾ ਤਾਂ ਪਿੰਡ ਦੇ ਵਿੱਚ ਸੋਣੀ ਗੱਲ ਪੀਣ ਰਹਿਣ ਲੱਗ ਪੋ ਤੁਸੀਂ ਇਹੋ ਲੈ ਕੇ ਚੱਲੇ ਪੁੱਛ ਲੈ ਮਾਦਾ ਮੂੰਹ ਤੇ ਮੈਂ ਨਹੀਂ ਚੱਲਿਆ ਹਾਂ ਕੌਣ ਚੱਲਿਆ ਇਹੋ ਲੈ ਕੇ ਚੱਲੇ ਲੈ ਤੂੰ ਨਾ ਜਾ ਫਿਰ ਮੈਨੂੰ ਜਾਣਾ ਪੈਣਾ ਨਾ ਜਾਓ ਨਹੀਂ ਮੈਨੂੰ ਵੀ ਜਾਣਾ ਪੈਣਾ ਨਾ ਜਾਓ ਮੈਨੂੰ ਵੀ ਜਾਣਾ ਪੈਣਾ ਮਾਤਾ ਬੋੜ ਬੋੜ ਕੰਮ ਛੱਡ ਕੇ ਇੱਥੇ ਝੋਨੇ ਲੱਗਣ ਦਾ ਯਾਰ ਤੁਹਾਨੂੰ ਜਿਹੜਾ ਚੰਡੀਗੜ੍ਹ ਦਾ ਸਵਾਦ ਪੈ ਗਿਆ ਨਾ ਤਾਂ ਦੋਹਾਂ ਜਾਣਿਆਂ ਦਾ ਨਹੀਂ ਨਹੀਂ ਕੰਮ ਲਈ ਚੱਲੇ ਆ ਕੁਝ ਵਧੀਆ ਚੀਜ਼ ਲੈ ਕੇ ਆਉਣ ਲੱਗੇ ਅਸਾਂ ਉਹ ਫਿਰ ਜੀ ਦੱਸ ਜੋ 10 ਕਰੋੜੀ ਆਵਾਂਗੇ ਲੈ ਕੇ ਆਵਾਂਗੇ ਦੱਸਣਾ ਨਹੀਂ ਆਪੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਚਾਹ ਬਣਾ ਕੇ ਲਿਆ ਲੈ ਲਿਆ ਨਾ ਕਿਆ ਲੈ ਮਾਤਾ ਲੈ ਉਹ ਗੱਲ ਨਹੀਂ ਪਿਉਣੀ ਕੋਈ ਗੱਲ ਨਹੀਂ ਬਰੋ ਪੀ ਲੈਂਦਾ ਬਿੱਡੂ ਫਿਰ ਚਾਹ ਨਹੀਂ ਚਾਹ ਕਰਕੇ ਦੋ ਤਾਂ ਇਹ ਵਾਲੇ ਬਣੋ ਤੁਸੀਂ ਦੋਵੇਂ ਜਾਣੇ ਜਾ ਲਿਆ ਫਿਰ ਚਾਹ ਸਵੇਰੇ ਸਵੇਰੇ ਬਹੁਤ ਹੋ ਗਈ ਹੈ ਠੀਕ ਕੋੜੀ ਹੋਈ ਹੈ ਮਤਲਬ ਬਾਗ ਹੈ ਉੱਥੇ ਗੰਡਿਆਂ ਦਾ ਬਾਗ ਉੱਥੋਂ ਲੈ ਆਵਾਂਗੇ ਨਾ ਆਪਾਂ ਉੱਚਾ ਨਿਕੜ ਆਉਂਦੇ ਨਹੀਂ ਕਰਾਲੀ ਲਾ ਕੇ ਉੱਥੇ ਤੋੜੇ ਗੰਡੇ ਪੈਂਦੇ ਉੱਥੇ ਬਹੁਤ ਜਿਹਦੇ ਪੈਂਦੇ ਤੇ ਬਾਗ ਆ ਉੱਥੇ ਲੱਗੇ ਹੈ ਹੁਣ ਬਾਗ ਦੇ ਗੰਡੇ ਲੈ ਆਓ ਤੇ ਹੋਰ ਨਹੀਂ ਉਹ ਇੰਪੋਰਟੈਂਟ ਹੈ ਮਾਤਾ ਤਾਂ ਕਰਕੇ ਜਿਹੜੇ ਆਪਣੇ ਲਕਸ਼ਮਣ ਆਪਣੇ ਖੇਤਰ ਖਾਵਾਂਗੇ ਘਰੋਂ ਜਦ ਪੁੱਛਿਆ ਨਹੀਂ ਆ ਕੋ ਬਾਗ ਨੂੰ ਗੱਡੇ ਕਿਹੜੇ ਲੱਗਦੇ ਆ ਨਹੀਂ ਤੂੰ ਤੇ ਕੰਮ ਨਹੀਂ ਕਰਦਾ ਅੰਕਲ ਨੂੰ ਪਤਾ ਮੈਂ ਕੰਮ ਕਰਦਾ ਮੈਨੂੰ ਕੋਹ ਨਹੀਂ ਆਂਦੇ ਕਰਦੇ ਤੂੰ ਵੇਹਲਾ ਹੁਣ ਤੂੰ ਇਹਨੇ ਮਾਤਾ ਵੇਹਲਾ ਮੈਂ ਕੱਲ ਆਇਆ ਮੈਂ ਕੱਲ ਘਰੇ ਸੌਦਾ ਪਤਾ ਲਿਆ ਕੇ ਮੈਂ ਅੱਜ ਵੇਹਲਾ ਆ ਗਿਆ ਇਹਨੇ ਡੇਕ ਦਿੱਤਾ ਇਹਦੇ ਸੌਣ ਦੇ ਟੱਕ ਚਾੜਿਆ ਨੇ ਕੱਲ ਨੂੰ ਮਿਸਤਰੀ ਨਹੀਂ ਆਏ ਲੈ ਮਿਸਤਰੀ ਦਾ ਹੀ ਕੰਮ ਆ ਮਿਸਤਰੀ ਉੱਤੇ ਕੋਈ ਕੰਮ ਨਹੀਂ ਤਾਂ ਮਿਸਤਰੀ ਨਾਲ ਲੱਗੇ ਇੰਨੇ ਪੈਸੇ ਲਵਾਤੇ ਕੋਈ ਕਾਫਾ ਦਾ ਆਇਆ ਤਾਂ ਜਾਣ ਕੇ ਲਵਾਤੇ ਆ ਕੇ ਆ ਡੰਡਿਆਂ ਨੂੰ ਕੱਚਾ ਲੈਣੀ ਲੱਕੜੀ ਲੈਣੀ ਆ ਜੇ ਥੋੜਾ ਜਿਹਾ ਮੇਰਾ ਸਾਥ ਦੇਵੇਂਗੇ ਤਾਂ ਕੁੱਟ-ਕੁੱਟ ਕੇ ਇਹਨੂੰ ਉਹ ਡੰਡਿਆਂ ਦੀ ਥੱਕ ਲਿਆਉਣਾ ਉਹ ਸਾਥ ਮੈਨੂੰ ਇਹਦਾ ਚਾਹੀਦਾ ਹੁੰਦਾ ਨਾ ਕਿਸੇ ਵੇਲੇ ਮੈਨੂੰ ਇਹਦੀ ਲੋੜ ਪੈ ਜਾਂਦੀ ਮੇਰਾ ਭਰਾ ਦੀ ਹੈ ਦੋਵੇਂ ਪਾਸੇ ਰੱਖਣੇ ਪੈਂਦੇ ਇਧਰੋਂ ਮੈਨੂੰ ਰੋਟੀ ਪਾਣੀ ਮਿਲਣਾ ਹੁੰਦਾ ਵਾ ਇਧਰੋਂ ਮੈਨੂੰ ਸਾਥ ਚਾਹੀਦਾ ਨਾਲ ਜਾਣ ਵਾਸਤੇ ਹੈ ਦੱਸਦਾ ਨਹੀਂ ਨਹੀਂ ਗਲਤੀ ਇਹਦੀ ਹੈਗੀ ਮਾਤਾ ਕਾਨਿਆਂ ਦੇ ਇੰਨੇ ਪੈਸੇ ਲਾ ਦੇ ਕਾਨੇ ਦੇ ਕਾਨੇ ਰਹਿਣੇ ਗਲਤੀ ਇਹੋ ਕੰਜਰ ਦੇ ਕਾਨੇ ਦੇ ਕਾਨੇ ਰਹਿਣੇ ਸਾਲੇ ਵਾਸ ਆ ਜੋ ਵੀ ਆ ਵਾਸ ਤੇ ਵਾਸ ਹੀ ਰਹਿਣੇ ਮਾਤਾ ਹੈ ਵੀ ਮਿੱਤਰਾ ਗੇਟ ਗੁੜ ਲੱਗ ਗਿਆ ਤੁਹਾਨੂੰ ਕੱਲ ਵਿਖਾਉਣ ਦਿਆ ਸੀ ਨਾ ਮੈਂ ਤਾਂ ਕੰਮ ਓਕੇ ਰਿਪੋਰਟ ਹੋ ਜਾਣਾ ਬਸ ਅੱਜ ਅਸੀਂ ਚੱਲੇ ਚੰਡੀਗੜ੍ਹ ਕੱਲ੍ਹ ਜਦੋਂ ਵਾਪਸ ਆਵਾਂਗੇ ਫਿਰ ਤਾਂ ਲੱਗ ਜੂ ਗੇਟ ਨਾ ਅੱਜ ਲੱਗ ਜਾਣਗੇ ਕਿ ਨਹੀਂ ਅੱਜ ਆਉਣਾ ਨਹੀਂ ਕਿਉਂ ਅੱਛਾ ਆਪਾਂ ਇਹਨੇ ਚੱਲ ਜਾਣਾ ਸੋਚ ਚੱਲ ਚੱਲੀਏ ਓ ਮਾਈ ਗੋਡ ਲੱਭ ਮਿੱਤਰ ਪਹੁੰਚ ਗਏ ਯਾਰ ਨਹੀਂ ਕਰੇ ਗਰਮੀ ਨੇ ਟਾਈਮ ਨਾ ਕਹਦਾ ਮਾਮਾ ਟਾਈਮ ਇੱਕ ਨਾ ਇੱਧਰ 10 ਵਜੇ ਲੱਗੇ ਲਾਲਾ ਸਾਹਿਬ ਤੋਂ ਹੈ ਪਰ ਗਰਮੀ ਨੇ ਬਾਟੀ ਕੱਢੇ ਪੇ ਚੇਪ ਵੀ ਕੱਢਤੇ ਆ ਹਵਾ ਵੀ ਵਗਦੀ ਆ ਹਾਂ ਪਸੀਨਾ ਵੀ ਆ ਜਾਂਦਾ ਇੱਧਰ ਵੇ ਆ ਵਿਚਾਰਾ ਕਿਦਾਂ ਮਰਿਆ ਨੂੰ ਪਿਆ ਈ ਗਰਮੀ ਹੈ ਹੀ ਬੜੀ ਆ ਤੇ ਅੱਜ ਤੇ ਦੀ ਭੌਂਕਣ ਦੀ ਵਾਹ ਹੋਣੀ ਕਿ ਨਹੀਂ ਜਦੋਂ ਆਈਦਾ ਪਹਿਲਾਂ ਭੌਂਕਦਾ ਹੁੰਦਾ ਏ ਪੀਣ ਲੱਗੀ ਬਸ ਬਸ ਹੋ ਗਈ ਆ ਇਹਦਾ ਤਾਂ ਇਹੋ ਕੰਮ ਰਹਿਣਾ ਭੌਂਕ ਥੱਕ ਗਿਆ ਮੈਂ ਗਰਮੀ ਹੈ ਹੀ ਬੜੀ ਜਾ ਹੋ ਤਿਆਰ ਫਿਰ ਮੈਂ ਤਿਆਰ ਹੋਣ ਲੱਗਾ ਜਾ ਫਿਰ ਇਦਾਂ ਕਰਦੇ ਫਿਰ ਬਾਬਾ ਜੀ ਦੇ ਮੱਥੇ ਟੇਕੇ ਪਰਾਂ ਦੇ ਪਰਾਂ ਲੱਗ ਜਾਗੇ ਉਹ ਤਾਂ ਲੱਗ ਜਾ ਤਿਆਰ ਹੋ ਗਿਆ ਜਾ ਫਿਰ ਬਸ ਤਿਆਰ ਹੋ ਗਿਆ ਗਰਮੀ ਚੈੱਕ ਕਰੋ ਕਿੰਨੀ ਨਾ ਗਏ ਨਿਕਲੇ ਕੱਪੜੇ ਪਾਲੇ ਤੇ ਮੁੜ ਕੇ ਹੋ ਗਿਆ ਕੰਮ ਹੈ ਗੋਰੀ ਨਾਤਾ ਦੇ ਨਾਲ ਨਾ ਤਾਂ ਇੱਕ ਬਰਾਬਰ ਹੀ ਆ ਜੀ ਹੈ ਨਾ ਗੁਰੂਆ ਥੋੜ੍ਹੀ ਮੰਦੀ ਹਾਲਤ ਹੈ ਗੁਰੂਆ ਇੰਨੀ ਕੁ ਜ਼ਿਆਦਾ ਗਰਮੀ ਆ ਨਾ ਪਿੰਡ ਕੱਲ੍ਹ ਨੂੰ ਗੱਲਾਂ ਹੀ ਆ ਪਈਆਂ ਗੁਰੂਆ ਉਹ ਕਰਨ ਨੂੰ ਜੀ ਨਹੀਂ ਕਰਨ ਡਿਆ ਬਸ ਇਹ ਏਸੀ ਥੱਲੇ ਬੜੇ ਦਈਏ ਤੇ ਵੱਢ ਸਕਦੇ ਨਹੀਂ ਕੰਮ ਧੰਦੇ ਕੌਣ ਕਰੂਗਾ ਕੈਮਰਾ ਸਾਹਿਬ ਕਿਰਦਿਆਂ ਨੂੰ ਵੇਖ ਕੇ ਬੰਦੇ ਸਿੱਧੇ ਹੋ ਜਾਂਦੇ ਹੈ ਉਹ ਪ੍ਰਧਾਨ ਉਹ ਨਹੀਂ ਸਿਧਾਇਆ ਸਾਲਿਆ ਚੱਲਿਆ ਮੈਂ ਚੰਡੀਗੜ੍ਹ ਫਿਰ ਅੱਖਾਂ ਮਾਰਦਾ ਕਹਿੰਦਾ ਛੁੱਟੀ ਆ ਜੀ ਜਾ 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 ਤੇਰਾ ਦਹੀਂ ਦੁਹੀਂ ਤੈਨੂੰ ਮਿਲ ਜਾਂਦਾ ਬਾਪੂ ਤੇਰੀ ਪੂਰੀ ਫੁੱਲ ਸੇਵਾ ਕਰਦਾ ਤੈਨੂੰ ਢਿੱਲ ਦੀ ਲੋੜ ਆ ਹੈਂ ਦੱਸਦਾ ਨਹੀਂ ਪਤਰਾ ਉਨਰ ਮੈਂ ਹੀ ਦੱਸਦਾ ਨਹੀਂ ਓਏ ਤੇਰੀ ਮੈਂ ਆ ਜਾ ਮੇਰੇ ਪੁੱਤ ਗਿਆ
ਕਿੱਦਾਂ ਫਿਰ ਸੋਹਣਿਆ 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 ਮੋਹਣਿਆ ਜ ਸਭ ਤੋਂ ਸਿਆਣਾ ਪੁੱਤੀ ਮੇਰਾ ਸਭ ਤੋਂ ਸਿਆਣਾ ਹੋਈ ਹੋਏ ਹਾਂਜੀ 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 ਚੱਲਿਆ ਪੁੱਗੇ ਮੈਂ ਆ ਜਾਣਾ ਦੋ ਤਿੰਨ ਦਿਨ ਤੱਕ ਠੀਕ ਆ ਫਿਰ ਤੇਰੀ ਕੱਦੂ ਹੀ ਦੌੜਾਂ ਲਵਾਉਂਦੇ ਹਾਂ ਲੈ ਛੱਬਣੀ ਵੀ ਆ ਗਈ ਹਾਂ ਸੱਜੀ ਇਹ ਟੈਨਸ਼ਨ ਨਹੀਂ ਲੈਣੀ ਆ ਜਾਣਾ ਮੈਂ ਕੱਲ੍ਹ ਨੂੰ ਮੈਨੂੰ ਪਤਾ ਮੇਰੇ ਭਰਾ ਦਾ ਜੀ ਨਾ ਤਾਂ ਮੇਰੇ ਬਿਨਾ ਹਰ ਬਣਾਇਣਕਾਂ ਫੜੀ ਆ ਜਾਣੀ ਠੀਕ ਆ ਭਰਾ ਵੇ ਕਿੱਦਾਂ ਘੱਟੋ ਘੱਟੀ ਕੀਤਾ ਪਿਆ ਸਾਡਾ ਵੇ ਹੋਏ ਗੰਦੀਆਂ ਗੱਲਾਂ ਕਰਦੇ ਗਲਤ ਗੱਲਾਂ ਕਰਦੇ ਆ ਵੇ ਚਾਹ ਚੜੇ ਪਏ ਮੁੰਡਿਆਂ ਨੂੰ ਕਹਿੰਦੇ ਅੱਛਾ ਠੀਕ ਆ ਹੂਟਰ ਵੀ ਲਵਾਇਆ ਵਾ ਹੈ ਉੱਧਰ ਬੰਦੇ ਡਿਗਰੀ ਅੱਧੇ ਆ ਗਏ ਆ ਦੱਸਦੇ ਨਹੀਂ ਉੱਧਰ ਰਾਜਦੀਪ ਹੁਣੀ ਅੱਧੇ ਰਾਜੇ ਲੱਗੇ ਡਿਗ ਡਿਗ ਕੇ ਹਾਂ ਛੱਡ ਜਾਈਏ ਫਿਰ ਚੱਲੀਏ ਆਪਾਂ ਜਨਮੇ ਮਿੱਤਰਾ ਚੱਲੀਏ ਚੰਡੀਗੜ੍ਹ ਨੂੰ ਸੱਜੀ ਉਹ ਲੈ ਮੈਂ ਕੱਪੜੇ ਹੋਰ ਨਾਲ ਲੈ ਨਹੀਂ ਫਲੈਟ 'ਚ ਤਾਂ ਪੈ ਚੱਲ ਮੈਂ ਨਾ ਚੇਤਾ ਭੁੱਲ ਗਿਆ ਮੈਨੂੰ ਇਹ ਮੈਂ ਤੈਨੂੰ ਤੇਰਾ ਬੈਗ ਵੇਖੇ ਚੇਤਾ ਆਇਆ ਜੀ ਕਹਿਣਾ ਤਾਂ ਮੈਂ ਹੈ ਨਹੀਂ ਮੇਰੀ ਜਾਣ ਅਸੀਂ ਉਹ ਚੀਜ਼ ਲੈ ਕੇ ਵਾਪਸ ਆਏ ਨੇ ਬਾਬਾ ਸੁੱਖ ਰੱਖੇ ਦੱਸ ਦਿੰਦਾ ਨਵੀਂ ਗੱਡੀ ਲੈਣ ਚੱਲੇ ਜੇ ਇਹ ਨਹੀਂ ਦੱਸਣਾ ਕਿਹੜੀ ਲੈਣ ਚੱਲੇ ਹਾਂ ਲੈਣ ਚਲੇ ਨਵੀਂ ਗੱਡੀ ਮੇਰੇ ਵੀਰੋ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਮੈਨੂੰ ਇਹ ਚੀਜ਼ ਦੀ ਖੁਸ਼ੀ ਹੁੰਦੀ ਹੈ ਇੱਕ ਦਿਨ ਇੱਕ ਵੀਰ ਦਾ ਕਮੈਂਟ ਆਇਆ ਕਹਿੰਦਾ ਕਿ ਬਾਈ ਤੂੰ ਜੈਲਸੀ ਨਹੀਂ ਕਰਦਾ ਆਪਣੇ ਯਾਰਾਂ ਤੋਂ ਖੁਸ਼ ਹੋਣਾ ਚੀਜ਼ਾਂ ਲਈਆਂ ਤੋਂ ਜਾਂ ਤੂੰ ਕਾਫੀ ਸੋਹਣਾ ਕਮੈਂਟ ਕੀਤਾ ਬਾਈ ਨੇ ਜਾਣੇ ਮੇਰੀ ਰੱਬ ਨੇ ਸਭ ਕੁਝ ਦਿੱਤਾ ਵਾ ਗੱਡੀਆਂ ਪੈਸਾ ਯਾਰ ਦੋਸਤ ਸਾਰਾ ਕੁਝ ਕਹਿਣ ਡਿਆ ਜੈਲਸੀ ਕਿਹੜੀ ਚੀਜ਼ ਕਰੂੰਗਾ ਜਾਂ ਤਾਂ ਮੈਂ ਕੋਈ ਚੀਜ਼ ਨਾ ਫਿਰ ਜੈਲਸੀ ਕਰਾਂ ਹਨਾ ਤੇ ਫਿਰ ਮੈਨੂੰ ਇਹ ਹੁੰਦਾ ਕਿ ਜਿਹੜੀ ਚੀਜ਼ਾਂ ਮੇਰੇ ਕੋਲ ਹੈਗੀਆਂ ਉਹਦੇ ਨਾਲ ਦੀ ਚੀਜ਼ਾਂ ਜਾਂ ਉਹ ਤੋਂ ਵੱਡੀਆਂ ਚੀਜ਼ਾਂ ਮੇਰੇ ਯਾਰਾਂ ਕੋਲ ਹੋਣ ਹਨਾ ਫਿਰ ਉਹ ਚੀਜ਼ ਦੀ ਮੈਨੂੰ ਖੁਸ਼ੀ ਹੁੰਦੀ ਤੇ ਮੈਂ ਫਿਰ ਉਹ ਇੱਕ ਦਿਨ ਇੱਕ ਬਾਈ ਨੇ ਕਮੈਂਟ ਕੀਤਾ ਕਿ ਨਿਸ਼ਾਨ ਦੀ ਗੱਡੀ ਲੈ ਤੈਨੂੰ ਬੜਾ ਚਾਅ ਕੀਤਾ ਤੂੰ ਤੇ ਜਾਣੇ ਮੇਰੀ ਚਾਹ ਹੁੰਦਾ ਹੀ ਭਰਾ ਨੇ ਚੀਜ਼ ਲਈ ਹੋਵੇ ਤੇ ਚਾਹ ਨਹੀਂ ਹੁੰਦਾ ਹਨਾ ਕਿ ਉਹ ਚੀਜ਼ ਇੱਕ ਸਾਥ ਦੀ ਉਹਦੇ ਕੋਲ ਨਹੀਂ ਆਪਣੇ ਕੋਲ ਹੀ ਆ ਮੈਂ ਤੇ ਜੀ ਸੋਚਦਾ ਕਿ ਜੇ ਉਹਦੇ ਕੋਲ ਆ ਗਈ ਆਪਣੇ ਕੋਲ ਆ ਗਈ ਅਸੀਂ ਵੀ ਕਿਤੇ ਨਾ ਕਿਤੇ ਉਹ ਗੱਡੀ 'ਚ ਬਵਾਂਗੇ ਜਾਂ ਕਿਤੇ ਨਾ ਕਿਤੇ ਮਾਲਾ ਕਰ ਲੂੰਗੇ ਯਾਰ ਦੋਸਤ ਕਿਤੇ ਪਾਰਟੀ ਸ਼ਾਰਟੀ 'ਤੇ ਕਿਤੇ ਜਾਂਦੇ ਹਾਂ ਜਾਂ ਕਿਤੇ ਫੰਕਸ਼ਨ 'ਤੇ ਜਾਂਦੇ ਹਾਂ ਜਦੋਂ ਇਕੱਠੀਆਂ ਗੱਡੀਆਂ ਭਰਾਵਾਂ ਦੀਆਂ ਘਰਾਂ 'ਚੋਂ ਨਿਕਲਣ ਹਨਾ ਤਾਂ ਕਿੰਨਾ ਵਧੀਆ ਲੱਗਦਾ ਹਨਾ ਤਾਂ ਕਰਕੇ ਮੈਨੂੰ ਇਹ ਚੀਜ਼ ਦੀ ਖੁਸ਼ੀ ਹੁੰਦੀ ਕਿ ਮੇਰੇ ਯਾਰਾਂ ਕੋਲ ਸਾਰਿਆਂ ਤੋਂ ਵੱਡੀਆਂ ਵੱਡੀਆਂ ਗੱਡੀਆਂ ਹੁੰਦੇ ਰੱਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਨਾ ਆਹ ਚੀਜ਼ ਹੁੰਦੀ ਆ ਗੁਰਦੁਆਰੇ ਵੀ ਹੁਣ ਚੱਲੇ ਹਾਂ ਮਹਾਰਾਜ ਦੇ ਅਰਦਾਸ ਬੇਨਤੀ ਕਰਨ ਚੱਲੇ ਹਾਂ ਕਿ ਮਾਲਕ ਮੇਰਿਆ ਸੁੱਖ ਸੁੱਖਾਂ ਨਾਲ ਗੱਡੀ ਅਸੀਂ ਲੈਣ ਚੱਲੇ ਸੁੱਖ ਸੁੱਖਾਂ ਆਪਣੇ ਘਰੇ ਆਈਏ ਹਨਾ ਗੱਡੀ ਨੂੰ ਬੰਨੀ ਦੀ ਆ ਮੈਂ ਵੀ ਅੰਕਲ ਨਵੀਂ ਗੱਡੀ ਲੈਣ ਚੱਲੇ ਅੱਜ ਅੱਜ ਠੀਕ ਨੇ ਇਹਦੇ ਕਿ ਮਿੱਤਰਾ ਗੁਰੂ ਮਹਾਰਾਜ ਨਾਲੇ ਤੇ ਕਰਾਂਗੇ ਦਰਸ਼ਨ ਮਿਲੇ ਤੇ ਨਾਲੇ ਗੱਡੀ ਨੂੰ ਨਜ਼ਰ ਨਾ ਲੱਗੇ ਪਰਾਂਦੀ ਵੀ ਆਪਾਂ ਲੈ ਲਈ ਆ ਬਾਕੀ ਜਦੋਂ ਗੁਰੂ ਮਹਾਰਾਜ ਘਰ ਦਰਸ਼ਨ ਕਰਕੇ ਫਿਰ ਆਪਾਂ ਨਿਕਲਣ ਲੱਗੇ ਨਾ ਫਿਰ ਨਜ਼ਰ ਵਾਲੀ ਤੇ ਗੱਲ ਰਹਿ ਹੀ ਨਹੀਂ ਜਾਣੀ ਇਹ ਤਾਂ ਸਮਝ ਲਾ ਨਾ ਇੱਕ ਰਿਵਾਜ਼ ਜਿਹਾ ਬਣ ਗਿਆ ਆਪਣੇ ਕਿ ਗੱਡੀ ਨੂੰ ਪਰਾਂਦੀ ਮੰਨ ਲਓ ਜੀ ਨਜ਼ਰ ਨਹੀਂ ਲੱਗਦੀ ਜਦੋਂ ਮਾਲਕ ਨੇ ਮੇਰਾ ਰਹਿਮਤਾਂ ਕਰਦੇ ਕਿਹੜੀ ਨਜ਼ਰ ਫਿਰ ਹੈ ਪਤਾ ਨਹੀਂ ਅੱਛਾ ਗੱਡੀ 'ਚ ਤਾਂ ਰਾਤੀ ਇਹ ਬੰਦੇ ਨੂੰ ਅਸੀਂ ਆਖਿਆ ਸੀ ਰਾਤੀ ਕਿ ਮੇਰੇ ਕੋਲ ਸੌਂ ਜਾ ਪਿੰਡ ਇਹਨੇ ਜਿੱਦ ਕਰਤੀ ਕਿ ਮੈਂ ਜਾਣਾ ਹੀ ਜਾਣਾ ਵਾ ਰਾਤੀ ਉਹੀ ਬੱਤੀ ਬੰਦ ਤੇ ਫਿਰ ਗੱਡੀ 'ਚ ਲੱਗੇ ਡੇਰੇ ਸੋਡੀਆਂ ਵਾਲੇ ਹੈਂ ਮੁੰਡੇ ਤਿਆਰ ਸੀ ਇਹਦਾ ਕਿੱਥੇ ਚੱਲੇ ਆ ਕਹਿੰਦੇ ਨਵੀਂ ਗੱਡੀ ਲਿਆ ਚੱਲੇ ਆ ਕਾਹਨੂੰ ਗੱਲਾਂ ਕਰਾਉਣਗੇ ਅੱਜ ਫਿਰ ਹੈਂ ਗੱਡੀ ਦੱਸਣੀ ਹੋਈ ਕਿਹੜੀ ਲਿਆ ਚੱਲੇ ਆ ਜਾ ਕੇ ਦੱਸਾਂਗੇ ਜਾ ਕੇ ਵੱਡੀ ਗੱਡੀ ਲਿਆ ਚੱਲੇ ਵੱਡੀ ਕਹਿੰਦੇ ਸ਼ਬੇ ਹੋਣੀ ਹੈਗੇ ਮੇਰੇ ਵੀਰੇ ਸ਼ਬੇ ਹੋਣੀ ਅੱਛਾ ਲੈ ਉਹ ਇੱਥੇ ਗੱਦੀ ਰੱਖੀ ਗੱਦੀ ਉਹ ਕਹਿੰਦਾ ਨਹੀਂ ਲਵਾਉਣੇ ਨਹੀਂ ਲਵਾਉਂਦੇ ਹੈ ਚਲੋ ਚਲੋ ਜੋ ਮਰਜ਼ੀ ਪਿਆ ਦੋ ਜੋ ਮਰਜ਼ੀ ਪਿਆ ਦੋ ਆਹ ਰਾਜ ਦੀ ਗੱਡੀ ਫੜਾ ਯਾਰ ਹੌਲੀ ਗੱਲ ਚਲਾਉਣ ਡਿਆ ਏ ਬਹੁਤ ਜ਼ਿਆਦਾ ਇੱਧਰ ਆਓ ਨਿਕਾ ਜਾ ਬਸ ਇੰਨੀ ਭਜਾਉਣ ਡਿਆ ਬ੍ਰੇਕ ਤੇ ਪੈਰਾਂ ਪਹੁੰਚ ਜੂ ਤੇਰੇ ਆਪਾਂ ਦਾਦੀ ਨਹੀਂ ਚਾਚਾ ਰੋਟੀ ਵੀ ਨਾਲ ਲੈ ਗਿਆ ਆ ਜਾਓ ਫਿਰ ਬਈ ਛੇਤੀ ਖਿੱਚੀਏ ਏਜੰਸੀ ਵਾਲੇ ਵੇਟ ਕਰੀ ਜਾਂਦੇ ਕਹਿੰਦੇ ਢਿੱਲੋ ਛੇਤੀ ਆ ਪਾ ਜਾਂਗੇ ਤੈਨੂੰ ਗੱਡੀ ਨਹੀਂ ਦੇਣੀ ਤਾਂ ਅੱਜ ਮੇਰਾ ਏਜੰਸੀ ਵਾਲਿਆਂ ਦਾ ਕਪੱਤ ਹੋਣਾ ਜਿਹੜੀ ਚੀਜ਼ ਮੈਂ ਨਹੀਂ ਲਵਾਉਣੀ ਉਹ ਵੀ ਲਾ ਕੇ ਬੈਠੇ ਉੱਥੇ ਮੈਂ ਲਵਾਉਣੀ ਮੈਂ ਨਾ ਇੰਨੇ ਪੈਸੇ ਖਰਚਣੇ ਸਾਡੀ ਮਾਨਸਾ ਦੀ ਚੀਜ਼ ਨਹੀਂ ਦਿੱਤੀ ਸਾਨੂੰ ਵੀ ਫਾਇਦਾ ਸੈਸਰੀ ਆਪਣੇ ਕੋਲੋਂ ਲਾਈ ਜਾਂਦੇ ਸਾਲੇ ਅੱਜ ਤੂੰ ਮੈਂ ਹੋਣੀ ਜਾ ਕੇ ਛੱਬੇ ਵੀਰ 90 ਕਿੱਲੇ ਆਉਂਦੇ ਮੁੰਡੇ ਨਹੀਂ ਤੇ ਗੱਡੀ ਮੈਂ ਨਹੀਂ ਕਦੇ ਚਲਾਈ ਮੈਂ ਇਹ ਕਹੋ ਜਾਂਦੀ ਅੱਗੇ ਵੇ ਨਿਗਾਹ ਜਾ ਵੇ ਕਿੰਨੀ ਖਿੱਚੀ ਜਾਂਦਾ ਇਹਦੇ ਹੈਂ
ਬੋਲੋ ਕੁਝ ਗੱਡੀ ਮੋਲੀ ਕਰ ਲੈਂਦਾ ਤੁਸੀਂ ਤੇ ਗੁਰੂ ਹੱਥ ਹੀ ਐਰੋ ਪਾਏ ਆ ਤੇ ਸਾਲਾ ਲੱਗਿਆ ਤੁਹਾਨੂੰ ਮੈਸੇਜ ਕਰਾ ਦਿੰਦਾ ਇਹ ਤੇ ਆਪਣਾ ਪੱਕਾ ਲੰਗਰ ਇੱਥੇ ਤਾਂ ਆਪਾਂ ਰੋਕ ਕੇ ਜਾਂਦੇ ਇਹ ਬੰਦੇ ਦੂਜੀ ਗੱਡੀ ਦੇਖਣ ਨਹੀਂ ਡੇ ਮੈਨੂੰ ਕਿੱਥੇ ਰਹਿ ਗਏ ਇਹਦੇ ਮੈਂ ਕਹਿੰਦਾ ਬੜੀ ਖਿੱਚਦਾ ਸੀ ਲੱਭਣ ਨਹੀਂ ਡਿਆ ਹੁਣ ਆਪਾਂ ਡੱਕੀ ਹੋਣਾ ਤੇ ਉਹਨਾਂ ਨੂੰ ਡਿੱਕੀ ਨਾਲੇ ਟੁੱਚਰ ਕਰਦੇ ਘੜੀ ਸੋਡੀ ਵੀਰ ਵੱਖੀਆਂ ਦਾ ਕੀ ਹਾਲ ਆ ਹੈਂ चलो पहुंची एजेंसी वाले वेट करी जांदे कहिंदे आ जाओ भाई आ जाओ फिर चल भी लो मारे दर ना तो चलिए मित्रा पहुंच गए यार माली है नींद नहीं आउन दी अच्छा एनका ठोलियां ही कॉफी पीने एजेंसी वाले पीनी पै इन्ने पैसे देने तुहानू है नहीं वेखी सेवा अपनी किदां हुंदा दस दे नहीं जे तो अपनी मनपसंद असैसरी लाइए फिर तो ठीक है जे ना लाइए तो फिर सोडी वीर आप गाड़ी कर देना सियाने इतनी गल करेंगे सोडी वीर तू कहना भाई अड्डे पैसे वापस कर तू इन्ने पैसे ला के भी जो अड्डे मनपसंद की असैसरी नहीं लगनी पर हमको गाड़ी लेने का क्या फायदा है भाई ऐसे नहीं होता है फॉर्च्यूनर लेनी फॉर्च्यूनर अच्छा फॉर्च्यूनर की एजेंसी है लेजेंडर ओए तेरा भला भरा मैं पिछली बार भी ब्लॉग च गल कीती सी सड़क वाली के वीर मेरे एडी तगड़ी तुहाडी एजेंसी है 50-50 लाख दी तुसीं गड्डियां वेचण दे जे ते आ लॉकटेल मेरे को आप ही लवा लोगे ते की फर्क पैण लगा है मैं भी अपने पैसे आप ही लवाईए कोड़ा कुट करके ये सरकार दे मुंह अल्लाह वेखो उहनां नूं होर भी काम हुंदे सरकार नूं ये तुहाडा राह तुहानूं आप नूं पक्का करवाउणा पैणा है ओ तेरा भला जे तेरा भला जे इतनी गाड़ी हिल रही है भाई कहते कि टोयोटा के सर्विस सेंटर आ गए पहला पीवे चाह पानी ठंडा फिर लवेंगे इन्हों को नवी गड्डी हाय वे हाय तो सैना भी बड़ा टाइम ला दें गुरु आए चल भी चलो पिछले महीने तू गल कर साल के फॉर्च्यूनर ही फॉर्च्यूनर कर देनिया तो सच्ची फॉर्च्यूनर हो जाएगियाँ हाय 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 बहुत सोहनी लगती है ना गड्डी ते लगा नहीं आवे राजदीप तेरे आवे ते नहीं लगा शाह जी इदां करके तेरे बंपर नूं आ ला दो भावे आ चीज सोहनी लगती सिंपल इदा कर दो सानूं बंपर चेंज कर दो ये हैं कितने और कोई ला दो यार वो बड़ा काम पूरा आ तो बहुत लगी लगाई है यार आ सारे और देखो भाई और तो लगी है और कर रही है और तो होर नहीं पा रही पर आ नहीं तो बोला ये नहीं करनी आ तो गाड़ी फस जानी अड्डी ते आ तो काम खराब हो जाना बाकी सारी गड्डी शाही ओके ता जड़ के थले आ तेनू फायदा मामा सानू थोड़ी फायदा वा तेनू फायदा वा ना सानू कोई फायदा नहीं है छबीर इधर आ तू इधर आ इन्हू गद्दी मंगा पर सीटा तो गद्दी मंगा की लड़ नहीं बड़ा सूत्र आज दी हम तो कि सीटा हो जाए पी बढ़ना पैता बढ़ना पैठा क्या छबीर बह फिर लै गए बाबा जी का ना चल बहर आने गया जी राज चंगा सूत्र आ गया आ चीज का चाहिए जरूरी तुम तो मैं कही ਅਸੀਂ ਤਾਂ ਆਪਣੇ ਸਾਹਮਣੇ ਕਹਿਣ ਡੇ ਚੱਲ ਛੱਬੇ ਵੀਰ ਲੈ ਬਾਬੇ ਦਾ ਨਾਂ ਆ ਤੇਰਾ ਭਲਾ ਦੇ ਦੱਸਦਾ ਨਹੀਂ ਮੰਨਦਾ ਭਰਾ ਨੂੰ ਕਿ ਨਹੀਂ
ਪਿਛਲੇ ਹਫ਼ਤੇ ਗੱਲ ਕੀਤੀ ਜੇ ਆਪਾਂ ਹੈਂ ਪਿਛਲੇ ਹਫ਼ਤੇ ਅਤੇ ਅਗਲੇ ਹਫ਼ਤੇ ਬਾਬੇ ਨੇ ਗੱਡੀ ਦੇ ਦਿੱਤੀ ਹੈ। ਹਾਂ ਰਮਣਾ ਤੇਰੀ ਵੀ ਕਰਦਾ ਭਵਿੱਖਬਾਣੀ ਅੱਜ ਹੀ ਕਰਦਾ ਅਗਲੇ ਮਹੀਨੇ ਯਾਰ ਬੰਦੀ ਆਊਗੀ। ਹੋਰ ਦੱਸ ਹੋਰ ਅੱਜ ਤੂੰ ਕਰਾਉਣੀ ਭਵਿੱਖਬਾਣੀ ਕੋਈ ਸਿਮਾ ਫੋਨ ਦੇ ਡਰ ਨਹੀਂ ਆ ਗੱਡੀ ਵੀ ਗਿਆ ਸੋਹਣਾ ਨਹੀਂ ਲੱਗਦਾ ਤੁਹਾਡੀ ਵੀ ਹੈਨਾ ਮੇਰੀ ਨਿਸ਼ਾਨ ਨੂੰ ਮੈਂ ਕਿਹਾ ਸੀ ਪਰ ਨਿਸ਼ਾਨ ਨੂੰ ਫਿਰ ਉਹਨੇ ਉਹ ਲੈ ਲਿਆ ਬ੍ਰਾਊਨ ਮੈਂ ਤਾਂ ਮੈਨੂੰ ਕਾਲਾ ਕਿਹਾ ਕਾਲੇ ਦੀ ਨਾ ਥੋੜ੍ਹੀ ਜਿਹੀ ਇਹ ਆ ਕਿ ਚੱਲ ਉਹਨੂੰ ਇਹ ਆ ਕਿ ਚੱਲ ਦੋਵੇਂ ਸੇਮ ਸੇਮ ਨਹੀਂ ਆਪਣੇ ਕੋਲ ਇੱਕ ਉਹ ਰੰਗ ਦੀ ਹੋ ਗਈ ਕਾਰ ਰੰਗ ਦੀ ਹੋ ਗਈ ਹੈਨਾ ਕਾਲੇ ਇੰਟੀਰੀਅਰ ਦਾ ਪਤਾ ਫਾਇਦਾ ਕੀ ਇੱਕ ਦੂਫ ਨਹੀਂ ਹੈਗਾ ਨਾ ਬਸ ਇਹੋ ਤਾਂ ਕਮੀ ਹੈ ਇਹਦੇ ਵਿੱਚ ਕਾਲੇ ਇੰਟੀਰੀਅਰ ਦਾ ਪਤਾ ਕੀ ਫਾਇਦਾ ਜੀ ਜਦੋਂ ਪਿਛਲਾ ਸ਼ੀਸ਼ਾ ਇਕੱਲਾ ਕਾਲਾ ਕਰਾਉਂਦਾ ਨਾ ਸਾਰੀ ਗੱਡੀ ਅੰਦਰੋਂ ਕਾਲੀ ਲੱਗਣ ਡਿਆ ਪੈਂਦੀ ਉਹ ਚੀਜ਼ ਦਾ ਬਹੁਤ ਹਾਂ ਬੜਾ ਮਤਲਬ ਕਿ ਉਸ ਚੀਜ਼ ਦਾ ਬੜਾ ਫਾਇਦਾ ਹੋ ਜਾਂਦਾ ਕਾਲੇ ਇੰਟੀਰੀਅਰ ਦਾ ਪਰ ਇੰਟੀਰੀਅਰ ਹੈ ਵੀ ਬਹੁਤ ਸੋਹਣਾ ਲੱਗਦਾ ਵੀ ਨਾ ਲੁੱਕ ਕਿਡੀ ਘੈਂਟ ਆਉਂਦੀ ਵੇ ਤਾਂ ਢਿੱਲੋਂ ਇੱਥੋਂ ਹੱਥ ਪਾਇਆ ਇਹ ਸਟੋਰੀ ਪਾਈ ਨਾਲ ਕਿਆ ਪਤਾ ਹੈ ਨਹੀਂ ਓਏ ਹੋਏ 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 ਤੇਰਾ ਭਲਾ ਦੇ ਹੈ ਮੈਂ ਕੀ ਯਾਦ ਕਰਨਾ ਮੈਂ ਬਸ ਪਿਛਲੀ ਪਲੇਟ ਲਵਾਉਣੀ ਹੈ ਕਿਹੜੀ ਉਹ ਜਿਹੜੀ ਪਿਛਲੀ ਲੇਟ ਨੀ ਹੁੰਦੇ ਤੇਰਾ ਭਲਾ ਅਜੇ ਤੇਰਾ ਇਹ ਕੀ ਲਾਈ ਫਿਰਦਾ ਫੋਟੋਆਂ ਨੂੰ ਹੈ ਉਹ ਪੱਟੀ ਚੱਲ ਸੈਨ ਕਰਦੇ ਇਹ ਛੱਬੀ ਵੀ ਤੇ ਕਰਾ ਲਈਏ ਹੈਂ ਆਹ ਵੇਲਾ ਕੀ ਜਾਂਦਾ ਸੀ ਕਹਿੰਦਾ ਅੰਗੂਠਾ ਲਾਉਂਦਾ ਏ ਸੈਨ ਨਹੀਂ ਕਰਨੀ ਆਉਂਦੀ ਬਸ ਮੂੰਹ ਚੋਂ ਗੱਲ ਨਿਕਲੀ ਤੇ ਪੂਰੀ ਬਸ ਗਰਾਰੀ ਫਸ ਜਾਂਦੀ ਨਾ ਫਿਰ ਗੱਲ ਤੇ ਉਹੀ ਆ ਪੈ ਤੁਸੀਂ ਤੁਹਾਨੂੰ ਪਤਾ ਲੱਗਣਾ ਬੰਦਾ ਕਿਹੜਾ ਆਉਂਦਾ ਕਿਹੜਾ ਜਾਣ ਡਿਆ ਮਿੱਤਰਾ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਪਹਿਲਾਂ ਦੇ ਦਿੱਤੀਆਂ ਸ਼ਬਦ ਸਾਡੀਆਂ ਮੁਬਾਰਕਾਂ ਤੁਹਾਨੂੰ ਪਹਿਲਾਂ ਆ ਗਈਆਂ ਠੀਕ ਹੈ ਬਾਕੀਆਂ ਦੀਆਂ ਬਾਅਦ 'ਚ ਆਉਣਗੀਆਂ ਕੀ ਵੇਖੀਏ ਨਾ ਰਾਜੇ ਤੈਨੂੰ ਬਹਾਤਾ ਨਾ ਵਿੱਚ ਹੁਣ ਦੂਜੀ ਸੀਟ 'ਤੇ ਬਹਿ ਜਾਣਾ ਆਪਾਂ ਉਹ ਥੱਕ ਜਾਣਾ ਜਿੰਨੇ ਸੈਨ ਹੋਣੇ ਆ ਮੈਂ ਸਭ ਥੋੜ੍ਹੇ ਥੋੜ੍ਹੇ ਕਰਦੀ ਸਾਰੇ ਜਣੇ ਹੈਂ ਚਾਹੀਦੇ ਥੋੜ੍ਹੇ ਥੋੜ੍ਹੇ ਕਰਨੇ ਕੈਸ਼ ਚੱਕ ਹੁਣ ਮੈਨੂੰ ਗੱਲ ਬੜੀ ਕਰਾਰੀ ਆਈ ਉਹ ਫਿਰ ਕਿਤੇ ਮੇਰੇ 'ਚ ਲੱਗ ਜਾਣੀ ਆ ਬਾਹਰ ਜਾ ਕੇ ਕਰਦੇ ਆਪਾਂ ਹੈਂ ਬਲੈਕ ਲਿਆ ਢਿੱਲੇ ਬੈਠੇ ਬੰਦੇ ਯਾਰ ਬੰਦੇ ਢਿੱਲੇ ਬੈਠੇ ਲਿਆ ਟਰੰਕ ਜਿਹਾ ਕੱਢ ਕੇ ਉਹ ਸੰਦੂਕ ਜਿਹਾ ਲਈ ਫਿਰਦਾ ਜਿਹੜਾ ਹੈ ਪੀਪਾ ਜਿਹਾ ਬਿਸਕਣਾ ਲਿਆ ਕਿੱਥੇ ਸਾਡੀ ਗੱਡੀ 'ਚ ਨਹੀਂ ਹੈਗਾ ਅਸੀਂ ਕੋਈ ਮਰਜ਼ੀ ਰੱਖਦੇ ਨਹੀਂ ਕਹਿੰਦੇ ਲੈ ਵੀ ਕੰਮ ਸੈਨੋ ਸੈਨੀ ਹੋਇਆ ਪਿਆ ਸੀ ਛੱਬੇ ਭਾ ਕਿਆ ਪਤਾ ਹੈ ਇੱਥੇ ਵੇਹੋ ਵਾਲੀ ਆ ਜਦੋਂ ਨਿਸ਼ਾਨ ਦੇ ਲੈਣਾ ਉਦੋਂ ਵੀ ਕਲਪ ਗਿਆ ਸਾਲਾ ਸੀ ਜਾਣ ਕੇ ਏਦਾਂ ਗੁਰੂਆ ਬਸ ਕਰੋ ਭਾਈ ਥੱਕ ਗਿਆ ਸੱਜੀ ਮੇਰੀ ਥੱਕ ਗਈ ਆ ਪੂਰੇ 15 ਮਿੰਟਾਂ ਸਹਿਣ ਹੋਏ ਲਾਲਾ ਸਾਹਿਬ ਟਾਈਮ ਵੇਖਿਆ ਸੀ ਪੂਰੇ 15 ਮਿੰਟਾਂ ਦੇ ਵਿੱਚ ਬਹੁਤ ਹੋ ਗਏ ਪੈਸੇ ਲੇਟ ਹੋਣ ਡਿਆ ਕੰਮ ਉਹ ਕਹਿੰਦੇ 1000 ਕਿਲੋਮੀਟਰ ਤੋਂ ਬਾਅਦ ਆਕੜ ਜੂਗੀ ਨਾ ਫਿਰ ਉਹਨਾਂ ਕਹਿਤਾ 1000 ਕਿਲੋਮੀਟਰ ਤੋਂ 1000 ਤੇ ਕਿਹਦਾ ਉਹ 7000 ਪਾਦਾ ਕੋਈ ਲੈ ਲਾਂਗੇ ਸਰਸਕਾ ਆਪਾਂ ਕਰਾਉਣੀ ਹੈ ਇਥੋਂ ਸਸਤੇ ਚ ਕਰਾ ਲਾਂਗੇ ਹੈ ਨਹੀਂ ਕਿਤੇ ਨਾ ਕਿਤੇ ਕਰਾਵਾਂਗੇ ਫਿਰ ਕੋ ਨਾ ਕੋਈ ਚੀਜ਼ ਚੂਜ ਕਰਕੇ ਲਿਆਵਾਂਗੇ ਫਿਰ ਜਗਾੜ ਆਹ ਜਿਹੜਾ ਬੈਠਾ ਪਿੱਛੇ ਨੇ ਹੱਸਦਾ ਵੇ ਪੀਪਾ ਖੁੱਲ ਗਿਆ ਲੱਗਦਾ ਮੈਨੂੰ ਪੀਪਾ ਖੁੱਲ ਗਿਆ ਲੱਗਦਾ ਮੈਨੂੰ ਸਰਬਜੀਤ ਸਿੰਘ ਨੇ ਗੱਡੀ ਲਈ ਹੈ ਮੇਰੇ ਵੀਰੇ ਉਹ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ ਫਾਈਨਲ ਸੈਨ ਹੋ ਗਏ ਫਾਈਨਲ ਸੈਨ ਅਗਲਾ ਨੰਬਰ ਹਰਮਣਾ ਤੇਰਾ ਹੀ ਤਕੜਾ ਆ ਜਾ ਹੈ ਉਹ ਤੋਂ ਅਗਲਾ ਨੰਬਰ ਵੇਖਾਂ ਕੀ ਲੱਗਣਾ ਵਾ ਮੈਂ ਸਭ ਤੋਂ ਐਂਡ ਤੇ
ਹਜੇ ਰਾਜੇ ਦੇ ਪੈਸੇ ਲੱਗਣ ਦੇ ਰਾਜੇ ਆਪਾਂ ਦੋਵੇਂ ਐਂਡ ਤੇ ਲਵਾਂਗੇ ਦੋਵੇਂ ਭਰਾ ਹੈਨਾ ਆਪਾਂ ਐਂਡ ਤੇ ਮੇਰੇ ਮੇਰੇ ਬਰਥਡੇ ਲਾ ਕੇ ਨਹੀਂ ਮੈਂ ਤਾਂ ਮੈਂ ਵੀਰ ਨੂੰ ਕਿਹਾ ਮੈਂ ਬਾਕੀ ਤੁਹਾਡੀ ਮਰਜ਼ੀ ਭਰਾ ਜਦੋਂ ਤੁਸੀਂ ਦੇ ਦੋਗੇ ਮੈਂ ਤੁਹਾਨੂੰ ਕਹਿ ਰਿਹਾ ਆਪਾਂ ਕਾਲਾ ਸੀ ਮੈਂ ਬਾਈ ਵੇਖ ਲਾ ਅੱਜ ਦੇਣੀ ਆ ਤੇ ਹੁਣ ਬਾਈ ਨੇ ਕਹਿ ਦਿੱਤਾ ਹੈਂ ਬਾਈ ਤੇਰੇ ਤੇ ਗੱਲ ਹੀ ਹੁਣ ਜੇ ਪਹਿਲਾਂ ਦੇਣੀ ਹੋਊ ਗੱਡੀ ਪਹਿਲਾਂ ਦੇ ਦੀ ਤੇਰੇ ਕੋਲ ਨੰਬਰ ਹੈਗਾ ਫੋਨ ਮਾਰ ਦੇਈਂ ਹੀ ਆ ਜਾਵਾਂਗੇ ਠੀਕ ਹੈ ਪਰ ਉਹ ਬੰਦੇ ਸਾਡੇ ਦਿਨ ਇੱਕ ਨੂੰ ਦੇ ਦਿਓ ਹੁਣ ਅਗਲੇ ਮਹੀਨੇ ਬਸ ਲੋਕਾਂ ਨੇ ਕਹਿਣਾ ਬਲੈਕ ਕਰਦੇ ਬਲੈਕ ਤੇ ਉਹਦੇ ਕਈ ਜਾਣਾ ਵਾ ਜਿੰਨਾ ਉਹਨੇ ਨਾ ਜਿਹਨੇ ਮਾੜਾ ਕਹਿਣਾ ਨੇ ਮਾੜਾ ਕਈ ਜਾਣਾ ਲੱਖ ਚੰਗੇ ਦੇ ਬਣ ਜਾਓ ਲੱਖ ਸੋਨੇ ਦੇ ਬਣ ਜਾਓ ਜਿਹਨੇ ਮਾੜਾ ਕਹਿਣਾ ਨੇ ਕਈ ਜਾਣਾ ਹੈ ਲੱਖ ਰੁਪਇਆ ਕਰਦਾ ਇੱਦਾਂ ਇਕੱਠੇ ਹੋ ਗਿਆ ਆ ਪਿਆ ਜੀ ਤੁਰੇ ਤੁਰੇ ਲੱਭ ਗਿਆ ਪਤਾ ਨੀ ਕਿੱਥੋਂ ਲੱਭ ਗਿਆ ਰੱਬ ਲਈ ਜਾਂਦਾ ਯਾਰ ਨਜ਼ਾਰੇ ਲਈ ਜਾਂਦੇ ਆ ਹੈ ਇਹ ਬਾਬਾ ਨਾਨਕ ਦੇਈ ਜਾਂਦਾ ਤੇ ਯਾਰ ਹੁਣੀ ਨਜ਼ਾਰੇ ਲਈ ਜਾਂਦੇ ਆ ਤੇ ਪਤਾ ਨਹੀਂ ਰੱਬ ਕਾਹਤੋਂ ਦੇਈ ਜਾਂਦਾ ਸਾਨੂੰ ਇਹ ਸਾਨੂੰ ਨਹੀਂ ਪਤਾ ਇਹ ਪੁੱਛਦੇ ਆ ਛੱਬੇ ਪਾ ਜਾ ਕੇ ਹੁਣ ਸੁਹਣ ਸਾਹਿਬ ਜਦੋਂ ਆਪਾਂ ਮੱਥੇ ਟੇਕਣਾ ਨਾ ਮਾਗ ਦਾ ਸ਼ੁਕਰ ਕਰਨਾ ਕਿ ਰੱਬਾ ਇੰਨੀ ਤਾਂ ਅਸੀਂ ਕਾਹਤੇ ਮਾਲਕ ਨਹੀਂ ਸਾਨੂੰ ਬਣਾਤਾ ਇਹ ਲੋਕਾਂ ਦੇ ਉਹ ਮਿਰਚ ਲੱਗੀ ਜਾਂਦੀਆਂ ਫਿਰ ਹੈਂ ਹਜੇ ਤਾਂ ਕੱਪੜਾ ਲਾਉਣਾ ਆਪਾਂ ਹਜੇ ਸੈਨ ਨਹੀਂ ਹੋਣ ਡੇ ਆ ਹਜੇ ਕੱਪੜੇ ਲੱਥਣੇ ਆ ਹੈਂ ਮੈਂ ਖਿੜਿਆ ਰਹਿੰਦਾ ਵਾ ਮੈਂ ਫੋਮ ਚ ਰਹਿੰਦਾ ਵਾ ਤੇ ਭੰਗੜਾ ਕਿੱਦਾਂ ਪੈਂਦਾ ਇੱਕ ਪੈਰ ਤੇ ਫਿਰ ਤੁਸੀਂ ਕੇਕ ਮੰਗਾਇਓ ਫਿਰ ਨਹੀਂ ਲੈਣੀ ਪੇਮੈਂਟ ਲਿਆ ਦੇ ਵੀਰ ਨਹੀਂ ਮੈਂ ਲੈਸ ਕਰਦਾ ਲੱਖ ਰੁਪਈਆ ਵੀਰ ਜੀ ਦੱਸ ਦਿਓ ਤੁਸੀਂ ਉਹ ਤੇਰਾ ਭਲਾ ਅਜੇ ਤੇਰਾ ਗੱਡੀ ਕੋ ਤੋਂ ਨਾਲ ਫਿਰ ਮੈਨੂੰ ਕਾਲੀ ਦੇ ਕੇ ਤੁਰੋ ਅੱਜ ਓਏ 4x4 ਜੇ 4x4 ਅੱਜ ਹੈ ਨਹੀਂ ਤਾਂ ਮੈਂ ਲੈ ਕੇ ਜਾਣੀ ਅੱਜ ਮੈਂ 4x4 ਬਲੈਕ ਤੁਸੀਂ ਲੰਮਾ ਜਦੋਂ ਮਰਜ਼ੀ ਮੇਰਾ ਮੇਰੇ ਤੁਹਾਨੂੰ ਦਿੰਦਾ ਮੈਂ ਆਈਡੀ ਪ੍ਰੂਫ ਦਓ ਮੈਨੂੰ ਪਰ ਮੇਰੇ ਤੋਂ ਪਹਿਲਾਂ ਮੇਰੇ ਭਾਂਡੇ ਭਰਾਉਣ ਦੇਣੀ ਪੈਣੀ ਤੁਹਾਨੂੰ ਨਹੀਂ ਨਹੀਂ ਉਹਨੂੰ ਪਸੰਦ ਹੀ ਨਹੀਂ ਆ ਰਜਿੰਦਰਾਂ ਨੂੰ ਪਸੰਦ ਹੀ ਨਹੀਂ ਆ ਨਹੀਂ ਤੁਸੀਂ ਸਾਰਿਆਂ ਨੇ ਜੈਂਡਰ ਲੈਣੀ ਸੀ ਉਹ ਆ ਕਿਸੇ ਵੀ ਬੰਦੇ ਨੂੰ ਪਸੰਦ ਨਹੀਂ ਆ ਮਤਲਬ ਕਿ ਸਾਨੂੰ ਨੋਰਮਲ ਮਾਡਲ ਲੈਣਾ ਜਿਹੜਾ ਇਹ ਜ਼ਿਆਦਾ ਵਧੀਆ ਲੱਗਦਾ ਨਾ ਨਾ ਪਿੱਕੇ 7 lakh ਤੁਸੀਂ ਲੈਸ ਦੇ ਜਾਂਦੇ ਸਾਨੂੰ ਤੇ ਨਹੀਂ ਨਹੀਂ ਲੈਣੀ ਫੋਰਚੂਨਰ 7 ਗਰਾਰੀ ਫਸੀ ਲੈਣੀ ਫੋਰਚੂਨਰ ਆ ਨਹੀਂ ਨਹੀਂ ਲੈਣੀ ਫੋਰਚੂਨਰ ਆ ਤੇ ਹੈ ਨਾ 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 ਲੈਣੀ ਫੋਰਚੂਨਰ ਆ ਨਾ ਅਸੀਂ ਲੈਣੀ 45 lakh ਵਾਲੀ ਫੋਰਚੂਨਰ ਆ ਬੜੇ ਦਿਨ ਵੱਡੇ ਵਾਲ ਕੇ ਬੋਲਿਆ ਜੀ ਉਹ ਲੈ ਦੀਪ ਤੂੰ ਵੀ ਆਇਆ ਵਾ ਚੂਰੀ ਲੈ ਕੇ ਆਇਆ ਦੀਪ ਕਹਿੰਦੇ ਲਿਆ ਕਿਆ ਬਾਤ ਨਸ਼ੇ ਕਰਾਈ ਜਾਂਦਾ ਬੰਦੇ ਸਾਡੇ ਤੈਨੂੰ ਕਿਹੜਾ ਦਿੱਤਾ ਪੈਨਸਲ ਜੀ ਨੇ ਕੀ ਉਹ ਚਿਮਚੇ ਹੀ ਓਕੇ ਓਕੇ ਅੱਛਾ ਪੈਕ ਕੀਤੇ ਸੀ ਕਿੰਨੇ ਦੇ ਆਏ ਹੋ 1500 ਦੇ ਹੈਂ ਉਸਤਾਦ ਚੂਰੀ ਖਾ ਲਈ ਇਹ ਤੁਸੀਂ ਤੁਹਾਨੂੰ ਕੱਢਣ ਨੂੰ ਕਾਹਲੇ ਪੈਣ ਡੇ ਜੇ ਹਜੇ 8 lakh ਤੁਹਾਡੇ ਕੋਲ ਹੀ ਪਿਆ ਹੈਂ ਉਹ ਤੇਰਾ ਬੜਾ ਆਹ ਚੂਰੀ ਦਿਖਾਓ ਫਿਰ ਸਾਰੇ ਭਰਾ ਸੱਦ ਲਏ ਮੈਂ ਉਹ ਵੀਰ ਨੂੰ ਪੁੱਛਣਾ ਮੈਂ ਬੜੇ ਸਾਵਧਾਨ ਕਰਾਏ ਪਰਲੇ ਪਾਸੇ ਪਰੇਡ ਹੋ ਰਹੀ ਹੈ ਪਰੇਡ ਆ ਜਾਓ ਫਿਰ ਅੱਛਾ ਕਿਹੜੀ ਗੱਡੀ ਹੈ ਯਾਰ ਪਤਾ ਨਹੀਂ ਲੱਗਣ ਡਿਆ ਛੋਟੀ ਵੀਰ ਅੱਛਾ ਠੀਕ ਆ ਮੈਂ ਵੀ ਮਿੱਤਰਾ ਕਹਿੰਦੇ Tommy 2 ਚੱਲੀ ਅੱਜ Tommy 2 ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਹੈ ਕਿਆ ਬਾਤ ਹੈ ਬਹਿਰਾਂ ਬਹਿਰਾਂ ਹੀ ਪਈਆਂ ਸ਼ਬੇ ਭਾ ਬਹੁਤ ਬਹੁਤ ਮੁਬਾਰਕਾਂ ਫਿਰ ਮੁਬਾਰਕ ਇੱਕ ਵਾਰ ਜਿਹੜੀ ਤੂੰ ਗੱਲ ਅੱਗੇ ਕਹਿਣ ਡਿਆ ਨਾ ਯਕੀਨ ਰੋਣਾ ਨਹੀਂ ਆ ਮਾਲਕ ਨੇ ਮਿਹਰ ਕੀਤੀ ਆ ਰੋਣ ਵਾਲੀ ਗੱਲ ਥੋੜ੍ਹੀ ਜਿਹੀ ਖੁਸ਼ੀ ਦਾ ਆਸੂ ਨਹੀਂ ਹੋਣੇ ਆਪਾਂ ਹੁਣ ਇਹ ਮਾਲਕ ਦਾ ਆਪਾਂ ਧੰਨਵਾਦ ਕਰ ਰੋਣਾ ਵਾ ਜਿਹਨੇ ਦੇ ਦਿੱਤੀ ਆਪਾਂ ਨੂੰ ਠੀਕ ਆ ਆ ਜਾ ਕੱਟੀਏ ਕੇਕ ਇਹ ਰਾਜਾ ਤੇਰੇ ਗੱਡੀ ਤੋਂ ਲਾਦੀ ਤਾਂ ਲਿਆ ਕੇ ਵੇਲਾ ਵੀ ਦੂਜੀ ਗੱਡੀ ਚੱਲੀ ਹੈ ਇਹ ਬਾਈ ਹੋਣਾਂ ਦੇ ਕੋਲੋਂ ਥੈਂਕ ਯੂ ਭਰਾ ਬਹੁਤ ਬਹੁਤ ਧੰਨਵਾਦ ਹੈਂ 2-3 ਹੋਰ ਜਾਣੀਆਂ ਅਜੇ ਤਗੜਾ ਫਿਰ ਉਹ ਨਾ ਨਾ 2-3 ਠੀਕ ਹੈ ਮੇਰੀ ਜਾਨ
ਪਹਿਲਾਂ ਵੀਰ ਜੀ ਨਜ਼ਾਰੇ ਪਹਿਲਾਂ ਆ ਗਏ ਬਸ ਠੀਕ ਹੈ ਫਿਰ ਕੰਨ ਨੂੰ ਗੱਲਾਂ ਪਹਿਲਾਂ ਕਰਾ ਦਾਂਗੇ ਹੈ ਮਿੱਤਰਾ ਇੱਕ ਗੱਡੀ ਹੋਰ ਆ ਜਾਓ ਕੇ ਗੱਡੀ ਹੈ ਆਇਓ ਸਤਾਰ ਜੀ ਤੁਸੀਂ ਗੱਡੀ ਦੇ ਕੇ ਤੇ 50000 ਤੁਰ ਜਾਂਦੇ ਜੇ ਹੈ आ जाओ भाई हो जाओ नेड़े ठीक है जी ठीक है जी मुबारक भरा बाबा ओके ओके बुला दो बुला दो भाई बुला दो मैं कपड़ा गंदा हो गया इन्ना टाइम थोड़ी अपने को दो घर होर लथना बस चल भी राजे चल 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 तेरा भला नहीं चल छोटी वीर मन पता की आई चल छोटी वीर चल 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 अरे बड़े बंदे पे शाह तेन कपड़ा दोबारा दोबारा लाना पड़ा पौना पड़ा वा बहुत बंदे पे है जी कपड़ा सारे वीडियो नहीं आना फिल्टर लादा मैं आवे यार चलो भी एक तीन आ तेरा पला जा नहीं नहीं कपड़ा छड़ दो ना बाह खड़ी हो जाए तेरा पला जे ओके आदे तेरा फेर पवाता कपड़ा फेर पवा दिता जी है ये नहीं हटते ਇਹ ਨਹੀਂ ਹਟਦੇ ਹੁੰਦੇ ਨਾ 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 ਇੰਨੀ ਕਿਉਂ ਨਹੀਂ ਆ ਨਹੀਂ ਰਾਜੇ ਬਸ ਕਰੋ ਨਾ ਨਾ ਨਹੀਂ ਨਹੀਂ ਟ੍ਰੈਲ ਆਪਣਾ ਗਲਤ ਹੋ ਗਿਆ ਚੱਲ ਰਾਜੇ ਚੱਲ ਚੱਲ ਕੋ ਨਹੀਂ ਆ ਕੋ ਨਹੀਂ ਆ ਉਹ ਸ਼ੀਸ਼ੇ ਲਾ ਕੋ ਫੜਨਾ ਪਤਰਾ ਹੱਥ ਸ਼ੀਸ਼ੇ ਲਾ ਕੇ ਮਾਂ ਪੈਂਦਾ ਹੁਣ ਜਾ ਕੋ ਨਹੀਂ ਆ ਨਾ ਨਾ ਜਾ ਸ਼ਬੇ ਸ਼ਬੇ ਵੀਰ ਲੈ ਨਾਲ ਸ਼ਬੇ ਵੀਰ ਜਾ ਨਾਲ ਲੈ ਵੀਡੀਓ ਬਣਾ ਕੇ ਰੱਖ ਛੱਡੀ 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 ਖਲਾ 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 ਵੀਰ ਆਪਣੇ ਖਲਾ ਖਲਾ ਟਾਈਮ ਆਈ ਚਲੋ ਵੀ ਆ ਜਾਓ ਇਹ ਕਿਆ ਬਾਤ ਹੈ ਲੱਥ ਗਿਆ ਕੇ ਇੰਨਾ ਕਾ ਬਾਹ ਖੜੀ ਹੋ ਜਾ ਬਾਹ ਖੜੀ ਹੋ ਜਾ ਇਹ ਤੇਰਾ ਤੇਰੀ ਬਾਹ ਕਿੱਥੇ ਆ ਕੁੱਖ ਨਹੀਂ ਆ ਕੁੱਖ ਨਹੀਂ ਆ ਲਓ ਵੀ ਚਲੀਏ ਆਪਾਂ ਕਰੀਏ ਗੁਰੂ ਮਹਾਰਾਜ ਦਰਸ਼ਨ ਮੇਲੇ ਹੈ ਨਾ ਦੇਣੀ ਫੋਟੋ ਤਾਂ ਕਰਾਈ ਸ਼ਾਹ ਫੁੱਲਾ ਸੱਚ ਫੋਟੋ ਰਹਿ ਗਈ ਲੈ ਮੈਂ ਚੇਤਾ ਮੈਨੂੰ ਵੀ ਆਉਣਾ ਆ ਫੋਟੋ ਤਾਂ ਕਰਾਈਏ ਇੱਕ ਚਾਬੀ ਦੀ ਗੁਰਾ ਫੜਾਈ ਨਹੀਂ ਅੱਜ ਮੈਨੂੰ ਇੱਥੋਂ ਤਾਂ ਭੰਗੜੇ ਪੈਣਾ ਸੀ बाबे दी कृपा काम बड़ी छेती बनदा ना बई ਮਗਰ ਮਗਰ ਸਲਾਹ ਕੀਤੀ ਆਧਾਰ ਕਾਰਡ ਦਿੱਤੇ ਆ ਦੂਜਾ ਦੇਣਾ ਤੀਜਾ
ਮਤਰਾ ਬਾਬੇ ਦੀ ਮਿਹਰ ਨਾਲ ਸੱਬਲ ਗੈਂਗ ਦੇ ਵਿੱਚ ਇੱਕ ਫੋਰਚੂਨਰ ਹੋਰ ਆ ਗਈ, ਸਾਡਾ ਇੱਕ ਭਰਾ ਫੋਰਚੂਨਰ ਵਾਲਾ ਹੋਰ ਹੋ ਗਿਆ ਹੈ। ਉਹ ਲਵਾ ਦਈਏ ਆਹ ਟਾਇਰਾਂ ਪਿੱਛੇ ਲੱਗੇ ਐਡਾ ਜਿਹਾ ਗੜ ਜਾ ਹੈਨਾ, ਉਹ ਲਵਾ ਦਿਓ ਬਸ ਠੀਕ ਹੈ ਫਿਰ ਫੜਾ ਦਿਓ ਸਾਨੂੰ, ਆਹ ਲਵਾ ਦਿਓ ਟਾਇਰ ਵਾਲੇ ਪਿਛਲੇ ਵਾਲੇ ਗੜ ਜਾ ਆਹ ਲਾ ਦੇ ਮੇਰੀ ਜਾਣਾ ਐਡੇ ਮਿੱਤਰਾ। ਮੋਡੀਫਿਕੇਸ਼ਨ ਦਾ ਕੰਮ ਸ਼ੁਰੂ ਕਰਾਤਾ ਜੀ, ਆਹ ਭੌਣੇ ਲਵਾ ਤੇ ਯਾਰ ਮੈਨੂੰ ਇਹ ਚੰਗੇ ਨਹੀਂ ਲੱਗਦੇ, ਇਹਦੇ ਨਾਲ ਗੱਡੀ ਹੁਣ ਇਹ ਵੇਖੀ ਫੱਬਣ ਡਿਆ ਬਣੀ ਮਾੜੀ ਮਾੜੀ ਦੇ, ਓਕੇ ਰਿਪੋਰਟ ਹੋ ਜਾਣਾ। ਬਸ ਨਿਸ਼ਾਨ ਵਾਲੀ ਗੱਡੀ ਨੂੰ ਕੁਛ ਚੀਜ਼ਾਂ ਚੇਂਜ ਕਰਾਈਆਂ ਆਪਾਂ, ਇੱਕੜੀ ਸਾਈਡ ਦੇ ਨਿਸ਼ਾਨ ਦੇ ਆਹ ਚੀਜ਼ ਉਹ ਆਇਆ ਗੱਡੀ 'ਤੇ ਨਹੀਂ ਲਵਾਈ ਆਪਾਂ, ਅਤੇ ਇੱਕ ਆਹ ਫੋਰਚੂਨਰ ਆਹ ਜਿਹੜਾ ਗੜ ਜਾ ਇਹ ਲਵਾ ਲਿਆ, ਇੱਕ ਇੱਥੋਂ ਨਿਕਲਦਾ ਥੱਲੇ ਫੋਰਚੂਨਰ ਜਗਾਇਆ ਕਰੂਗਾ ਟੋਇਟਾ, ਇੱਕ ਉਹ ਲਵਾਵਾਂਗੇ ਇਹਦੇ, ਅਤੇ ਇੰਟੀਰੀਅਰ ਆਪਾਂ ਇਹਦਾ ਬਲੈਕ ਲਿਆ ਵਾ, ਕਰੋ ਚੈੱਕ। ਬਹੁਤ ਬਹੁਤ ਧੰਨਵਾਦ, ਦੋ ਛੁੱਟੀ ਸਾਨੂੰ, ਮਿਲਦੇ ਹਾਂ ਫਿਰ ਜਦੋਂ ਨਵੀਂ ਗੱਡੀ ਲੈਣਾ ਵਾਂਗੇ, ਜਦੋਂ ਸਰਸ ਕਰਾਉਣਾ ਵਾਂਗੇ ਜਾਂ ਨਵੀਂ ਗੱਡੀ ਲੈਣਾ ਵਾਂਗੇ, ਬਾਬਾ ਸੁੱਖ ਰੱਖੇ ਨਵੀਂ ਲੈਣੀ ਆ ਜੀ ਛੇਤੀ। ਪਹਿਲੀ 10,000 ਤੇ ਹੋ ਗਈ ਆਪੇ ਹੋਣੀ। ਚਲੋ ਬਈ ਛੱਬੇ ਭਾ, ਵਾਹਿਗੁਰੂ ਜੀ ਮਿਹਰ ਕਰਿਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿ ਸ੍ਰੀ ਅਕਾਲ, ਕਰਤੀਆਂ ਮਾਲਕ ਨੇ ਮੇਰਾ ਰਹਿਮਤਾਂ ਹੈ, ਹੋ ਵਾਹਿਗੁਰੂ ਜੀ ਤੁਹਾਡੀਆਂ ਮੇਰਾ ਰਹਿਮਤਾਂ ਨੇ ਜੀ, ਸਾਡੀ ਕੋਈ ਘਾਤ ਨਹੀਂ ਜੀ, ਐਡੀਆਂ ਵੱਡੀਆਂ ਗੱਡੀਆਂ ਦੇ ਭਾਤ ਆ ਸਾਨੂੰ, ਸਭ ਤੁਹਾਡੀਆਂ ਮੇਰਾ ਰਹਿਮਤਾਂ ਨਾ ਜੀ। ਇੱਕ ਚਾਬੀ ਮੇਰੇ ਕੋਲ ਛੱਬੀ ਵੀਰ, ਦੂਜੀ ਸਿੰਮੂ ਵੀਰ ਕੋ, ਨਾ ਨਾ ਉਹਨੇ ਸਿੰਮੂ ਵੀਰ ਨੇ ਮੈਨੂੰ ਕੱਢ ਕੇ ਫੜਾ ਤੀ, ਇੱਕ ਸਿੰਮੂ ਵੀਰ ਦੇ ਬੈਗ 'ਚ। ਚਲੋ ਵੀ ਚਲੋ ਕਿੱਡੇ ਚਾਹ ਚੜੇ ਪਏ ਸਾਰੇ ਸੱਜਣਾਂ ਨੂੰ ਹੈ, ਡੈਸ਼ਬੋਰਡ ਤੇ ਇਹ 'ਚ ਵੇਖੋ ਉਹ ਬਈ ਮੇਰੇ ਸਾਨੂੰ ਲਿਖਿਆ ਬਣਾ ਗਈ ਹੈ, ਵੇਖ ਲਿਓ ਕਰਾਂ ਬਈ, ਕਿਆ ਬਾਤ, ਦੋ ਲੈ ਕੇ ਆਏ ਤਿੰਨ ਲੈ ਕੇ ਚੱਲੇ ਬਾਬੇ ਦੀ ਮਿਹਰ ਨਾ, ਕਿਆ ਬਾਤ, ਤੁਹਾਡੀ ਤੂੰ ਕਿੰਨੇ ਖਾ ਰਹੇ ਹੁਣ ਬਾ, ਟੈਸਟ ਕਰ ਜੀ ਤੂੰ ਕਿੰਨੇ ਖਾ ਰਹੇ, ਰਾਜ ਕਿੱਥੇ ਰਹਿ ਗਿਆ ਵਾ, ਉਹ ਗਵਾ ਦੇ ਜਾਵੇ ਮਾਰਕੀਟ 'ਚ ਕਦੇ, ਕੀ ਰਾਹ ਲਈ ਹੈ ਅੜੇ, ਕਰ ਚੈੱਕ ਲੈ ਫੜਾ ਯਾਰ ਚੈੱਕ, ਆਪਣੇ ਲੱਡੂ ਲਾਗੇ ਕੋਈ ਵੀਰ ਖਾਣ ਡੇ ਵੇਖ ਕੇ ਜੀ ਕਰ ਆਈ, ਭੁੱਖ ਵੀ ਬੜੀ ਲੱਗੀ, ਪੇਟ ਪੂਜਾ ਵੀ ਕਰੀਏ, ਮਾਲਕ ਰੱਬ ਨੂੰ ਪਤਾ ਭੁੱਖ ਲੱਗੀ ਬੱਚਿਆਂ ਨੂੰ, ਚੈੱਕ ਕਰਦੇ ਤੁਸੀਂ ਐਨਕਾਂ ਲਾ ਕੇ ਵੀ ਹੈ, ਪਹਿਲਾਂ ਚਲੋ ਗੁਰਦੁਆਰਾ ਸਾਹਿਬ ਫਿਰ ਵੇਹਨੇ ਬਾਕੀ ਮਾਹੌਲ ਚੱਲ, ਵੀਰ ਨੂੰ ਪਰਾਂ ਤੁਰੇ ਦਾ ਮੈਂ ਆਈ ਆਪਣੀ ਹੈਂ, ਤੇਰੇ ਲਈ ਮੈਂ ਚੀਜ਼ ਲੈ ਕੇ ਆਇਆ, ਚੀਜ਼ ਖਾਣੀ ਆ, ਤੈਨੂੰ ਆਵਾਜ਼ ਮਾਰਦਾ ਪਿਆ ਸੀ, ਤੂੰ ਪਿੱਛੇ ਵੇਖੀ ਜਾਂਦਾ ਸੀ, ਪਿੱਛੇ ਕੌਣ ਸੀ, ਕੇ ਖਾਣਾ ਕੇ ਖਾਣਾ ਸੀ, ਨਵੀਂ ਗੱਡੀ ਲਈ ਆਪਾਂ ਕੇ ਖਾਣਾ ਸੀ, ਆ ਤੂੰ ਵਧਾਈ ਦੇ ਪਹਿਲਾਂ, ਢਿੱਲੋ ਵੀਰ ਵਧਾਈਆਂ ਹੁਣ, ਹਾਂ ਢਿੱਲੋ ਵੀਰ ਵਧਾਈਆਂ, ਨਹੀਂ ਆਉਂਦੀ ਵਿਚਾਰੇ ਨੂੰ ਗੱਡੀ, ਹਾਂ ਗੱਡੀ 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 ਇਹ ਵਧਾਈ ਹੋ, ਗੱਡੀ ਗਈ ਯਾਰ ਬਈ ਵਿਚਾਰੇ, ਇਹ ਵਧਾਈ ਹੋ, ਫੋਟੋ ਉਧਰ ਕੋ ਆ ਗੱਡੀ ਪਿਆ ਹੈ, ਵਧਾਈ ਹੋ, ਜੇ ਸਾਰਾ ਬੋਲੋ ਕਿ ਵਧਾਈ ਹੋ ਆਪਕੋ, ਵਧਾਈ ਹੋ, ਲੈ ਕੱਲੀ ਜੀਬ ਚ ਪਾ ਲਾ ਹੁਣ, ਚੱਪਲਾਂ ਲੈਣੀਆਂ ਦੀ ਠੀਕ ਹੈ, ਚੱਪਲ ਲੈਣੀ ਠੀਕ ਹੈ, ਦੱਸਣਾ ਨਹੀਂ ਕਿਸੇ ਨੂੰ, ਠੀਕ ਹੈ, ਇਹਨੂੰ ਕੇਕ ਵੀ ਦੇਣੀ, ਜੀਬ ਚ ਪਾ ਲਾ ਸਾਰਾ, ਉਹ ਲੈਣੇ ਕਿਸੇ ਨੂੰ, ਉਹ ਲੈਣੇ ਜੀਬ ਚ ਪਾ ਲਾ ਇਹਨੂੰ, ਠੀਕ ਹੈ, ਧਿਆਨ ਨਾਲ ਇਹਨੂੰ ਡੇਪਣ ਲੱਗਦਾ, ਧਿਆਨ ਨਾਲ ਵੀ ਮਿੱਤਰਾ, ਗੁਰੂ ਮਹਾਰਾਜ ਦਾ ਕਰੀਏ ਧੰਨਵਾਦ ਛੱਬੇ ਵੀਰ ਜਿਹਨੇ ਇੰਨੇ ਜੋਗੇ ਕਰਤਾ ਆਪਾਂ ਨੂੰ, ਹੈ ਕਰਾਨਾ ਕਰਕੇ ਆਈਏ ਦਾਤੇ ਦਾ, ਕਿਉਂਕਿ ਇੱਕ ਹਫ਼ਤਾ ਪਹਿਲਾਂ ਆਪਾਂ ਨੋਰਮਲ ਗੱਲ ਕੀਤੀ ਸੀ ਅਤੇ ਛੱਬੇ ਵੀਰ ਫੋਰਚੂਨਰ ਨਾ ਲੈ ਆਈਏ, ਅਤੇ ਇਹ ਮਾਲਕ ਨੇ ਮੇਰਾ ਰਹਿਮਤਾਂ ਕੀਤੀਆਂ ਅਤੇ ਅੱਜ ਗੱਡੀ ਆਪਣੇ ਥੱਲੇ ਆ, ਖੜੂੰਗੇ ਕਿਤੇ, ਚਲੋ ਲੈ ਅੱਜ ਤੁਰ ਮੇਰੇ ਨਾਲ, ਕੀ ਤੁਰੇ ਆਉਂਦੇ ਸਾਰੇ ਡੱਬੀ ਥੋੜ੍ਹੀ ਮੇਰੇ ਕੋਲ ਆ, ਪੈਸਿਆਂ ਨੇ ਕਿਹਾ ਸੀ ਤੁਹਾਡੇ ਕੋਲ, ਸਭ ਕੁਝ ਤੁਹਾਡੇ ਕੋਲ ਆ, ਲੈ ਪੈਸਾ ਚੱਲਦੇ ਆ ਉੱਥੇ ਮਾਰਕੀਟ 'ਚ, ਲੈ ਪੁੱਛ ਲਾਂ ਜੇ ਟਾਇਰ ਮਿਲ ਗਏ ਤਾਂ ਹੁਣੇ ਪਾ ਦੇਣੇ, ਨਾਲੇ ਕੁਝ ਖਾ ਪੀ ਲਵਾਂਗੇ, ਵੀਲ ਇਹੋ ਰਹਿੰਦੇ ਨੇ ਟਾਇਰ ਇਹਨਾਂ ਦੇ ਜੋੜੇ ਪਾ ਦੇਣੇ, ਆਪਾਂ ਫਿਰ ਦਰਸ਼ਨ ਮੇਲੇ ਕਰਨੇ ਗੁਰੂ ਮਹਾਰਾਜ, ਦੂਰ ਵੀ ਜਾਣਾ ਤਾਂ ਕਰਕੇ ਵੀਲ ਦੂਜੇ ਆ ਕੇ ਪਾਲਾਂਗੇ ਫਿਰ, ਹਨਾ ਚੱਲੀਏ ਪੈਰ ਸਾਲੀ ਮਾਰਕੀਟ ਚੱਲਦੇ ਆਇਆ ਫੋਨ, ਤਾਂ ਗੱਡੀਆਂ ਤੁਹਾਡੀ ਕਿੱਥੇ ਰਹਿਣ ਤੁਸੀਂ ਲੱਗੀ, ਉਹਦੇ ਤੁਹਾਨੂੰ ਤਾਰ ਦਾਂਗੇ ਅਸੀਂ, ਲੰਘਣਾ ਸੀ, ਚਲੋ ਚਲੋ ਵੀ ਮਿੱਤਰਾ, ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਲਏ ਤੇ ਚੱਲੀਏ ਖਾਈਏ ਪੀਏ ਕੁਝ, ਨਾਲੇ ਪੈਸ ਕੁਝ ਚੱਲਦੇ ਕਰ ਵੇਖ ਲੈਂਦੇ, ਜੇ ਟਾਇਰ ਹੋਇਆ ਨਾ ਤੂੰ ਗੁੱਟੀ ਵਾਲਾ ਚੌੜਾ ਇਸੇ ਵੀਰਾਂ 'ਤੇ ਪਵਾ ਦਿੰਦੇ, ਹਨਾ ਕੀ ਲੱਗ ਗਿਆ, ਕਿੱਥੇ ਕਿੱਥੇ ਆ ਗਏ, ਕਹਿੰਦੇ ਫਲੈਟ 'ਚ ਆ ਗਏ, ਡਾਕਾ ਪੈ ਗਿਆ ਮੇਰੇ ਏਸੀ 'ਤੇ, ਡਾਕਾ ਪੈ ਗਿਆ ਮੇਰੇ ਏਸੀ 'ਤੇ, ਫਿਰ ਰਹਿਣ ਦਿੱਤੇ ਪਿਆ, ਕੋਈ ਨਹੀਂ ਚੱਲਦਾ ਉਹ,
ਚੱਲਦਾ ਬਹੁਤ ਸੋਹਣਾ ਚੱਲਦਾ ਪਿੰਡੋਂ ਲਾ ਕੇ ਲਿਆ ਲੈ ਵੀ ਮਿੱਤਰਾ ਬਾਏ ਬਾਏ ਫਲੈਟ ਮਿਲਦੇ ਹਾਂ ਥੋੜ੍ਹੇ ਦਿਨਾਂ ਤੱਕ ਹੈਂ ਇਹ ਤਾਂ ਮਾਹੌਲ ਚਾਲੀ ਵੇਖਣਾ ਹੈ ਚੱਲੀਏ ਹੈਂ ਏ ਸੀ ਕੱਢ ਲਓ ਆਪਣਾ ਕੀ ਪਿਆ ਫਿਲਟਰ ਰਹਿਣ ਦੇ ਗੱਲ ਏ ਸੀ ਚਾਹੀਦਾ ਆਪਾਂ ਨੂੰ ਸਟੈਪਲਾਈਜ਼ਰ ਸਟੈਪਲਾਈਜ਼ਰ ਹੈਗਾ ਇਹਦਾ ਵਿੱਚ ਰੱਖ ਲਓ ਨਾਲ ਇੱਦਾਂ ਹੀ ਇੱਦਾਂ ਵਿੱਚ ਕਵਰ 'ਚ ਰਹਿਣ ਦਿੰਦਾ ਕਵਰ 'ਚ ਰਹਿਣ ਦਿਓ ਕਵਰ ਇੱਦਾਂ ਇਹਦੇ ਵਿੱਚ ਹੀ ਆਹ ਜਾਲੀ ਵਿੱਚ ਰੱਖ ਲਾ ਇਹ ਪਿੰਡ ਲੱਗ ਦਿੰਦੇ ਕੁੱਤਿਆਂ ਨੂੰ ਫ੍ਰੀ ਸਰਸਾ ਆਪਣੀ ਆ ਗਿਆ ਤਿੰਨ 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 ਸਰਸਾ ਮੈਂ ਫ੍ਰੀ ਹੁੰਦੀ ਹਾਂ ਧਿਆਨ ਨਾਲ ਦਾਗਣਾ ਪੈਣਾ ਮੈਂ ਇੱਧਰ ਪਿਛਲੇ ਪਾਸੇ ਵੀ ਆਹ 'ਚ ਇੱਥੇ ਨਾ ਵੱਜੇ ਨਾ ਆਹ ਚੀਜ਼ ਦਿੱਤੇ ਹੈਨਾ ਜਾਂ ਇਹਦੇ ਵਿੱਚ ਪਾ ਕੇ ਆਪਾਂ ਰੱਖ ਦੇਣਾ ਸੀ ਯਾਰ ਵਿੱਚ ਪਾ ਕੇ ਸੌਖਾ ਰਹਿਣਾ ਹੈਨਾ ਕੱਢੋ ਬਾਹਰ ਕੋਈ ਨਹੀਂ ਦੋ ਮਿੰਟ ਲੱਗਣੇ ਬਾਬੂ ਗੁੱਸੇ 'ਚ ਬੜਾ ਲੱਗਣ ਡਿਆ ਕੀ ਗੱਲ ਹੋਈ ਆ ਕੀ ਚੱਕਰ ਹੋ ਗਿਆ ਭਾਬੀ ਗੁੱਸੇ ਹੋ ਗਈ ਆ ਹੈਂ ਦੱਸ ਕੇ ਐਂ ਕਰੇ ਨਹੀਂ ਗੁੱਸੇ ਹੋ ਗਈ ਭਾਬੀ ਯਾਰ ਹਾਂ ਨਾ ਲੈਣਾ ਸਵੇਰੇ ਖੁਰਕੀ ਜਾਣਾ ਸਿਰ 'ਚ ਜਾਂ ਤੋਂ ਬਾਅਦ ਰੋਟੀ ਖਵਾ ਦੇਣੀ ਮੈਂ ਗੱਡੀ ਦੀ ਚਾਹ ਦੇ ਵਿੱਚ ਸਿਰ ਦਾ ਖਾਧਾ ਕੋਣੀ ਆਪਾਂ ਉਹ ਚੱਲੀਏ ਰਾਜੇ ਭੁੱਖ ਲੱਗੀ ਆ ਆਹ ਮੇਰੇ ਪੁੱਤ ਆ ਕੋਈ ਖਵਾ ਮੇਰੇ ਪੁੱਤ ਨੂੰ ਐਂ ਮੇਰੇ ਭੁੱਖ ਆਏ ਇਹਨੂੰ ਐਂ ਸਿਰ ਦਾ ਗੱਡੀ ਦੀ ਚਾਹ ਦੇ ਵਿੱਚ ਭੁੱਖੇ ਤੁਰੇ ਫਿਰਦੇ ਮੇਰੇ ਸੱਜੀਆਂ ਮੇਰੇ ਗੱਡੀ ਜਾ ਕੇ ਕੋਈ ਚੂਰੀ ਕੱਲੀ ਖਾਧੀ ਭੁੱਖੇ ਤੁਰੇ ਫਿਰਦੇ ਆ ਮਸਰੂਮ ਕਿੱਥੇ ਆ ਆਪਾਂ ਦੇ ਖਾਣਾ ਆਪਣੀ ਉੱਤੇ ਦੀ ਭਲੀ ਹੋ ਜਾਏ ਰਾਜਾ ਕੀ ਤੇਲ ਲੱਗ ਮਿਰਚ ਆ ਕੀ ਪੁੱਛ ਵੀਰ ਨੂੰ ਇਹ ਕੀ ਆਈਟਮ ਕੀ ਆ ਇਹ ਕੀ ਹੈ ਇਹ ਕੀ ਹੈ ਭਾਈ ਹੈ ਨਹੀਂ ਆ ਉੱਤੇ ਹੀ ਪਤਾ ਕੀ ਕਰੇਲਾ ਮਿਰਚੀ ਐਡੀ ਤਕੜੀ ਭੈਣ ਕਿ ਤੁਹਾਡੀ ਐਡੀ ਮਿਰਚੀ ਕਿਹੜੀ ਹੈ ਸੋਡੀ ਭਾਈ ਗਰਮ ਹੋ ਰਹੇ ਭਾਈ ਇਸਕੋ ਪੁੱਛੋ ਪਹਿਲੇ ਹਮਾਰਾ ਚਾਚਾ ਸੋਡੀ ਅਗਰ ਅਗਰ ਗੁੱਸੇ ਹੋ ਗਿਆ ਨਾ ਰੋਟੀ ਬਿਨਾਂ ਖਾਏ ਨਿਕਲ ਜਾਏਗੇ ਜਾਂ ਸੀ ਹਿੰਦੀ ਕੰਮ ਸ਼ੁਰੂ ਕਰਤਾ ਅੱਜ ਭੁੱਖ ਲੱਗੀ ਆ ਤਾਂ ਕਰਕੇ ਇਹਦੀ ਗੱਲ ਵੀ ਆ ਰੋਟੀ ਮੈਂ ਖਾ ਲਈ ਤੇ ਫਿਰ ਪੰਜਾਬੀ ਚ ਬੈਠਾ ਵੱਡੀਆਂ ਚੀਜ਼ਾਂ ਨੂੰ ਪਹਿਲਾਂ ਤੂੰ ਵੇਖ ਲਾ ਫਿਰ ਹੈਂ ਕਿੱਡੀ ਮਿਰਚ ਗੁਰੂ ਆ ਪੈਕ ਕਰਾ ਦੀ ਕਿਸੇ ਲੈਣੀ ਹੈਂ ਵੰਡ ਕੇ ਖਾ ਲਓ ਸਾਰੇ ਮੈਂ ਵੀ ਅੱਗੇ ਤੇ ਗੱਡੀ ਵੀ ਕਰੇ ਦੇ ਜਿੰਦਗੀ ਨਹੀਂ ਖੁੱਲੀ ਹੋਣ ਹਾਂ ਵੇਖ ਲਾ ਲੈ ਲੈ ਵੀਰ ਲੈ ਲੈ ਕਿੱਥੇ ਬਾ ਬੜੀ ਭੁੱਖ ਲੱਗੀ ਸੀ ਮੈਂ ਤਾਂ ਗੱਡੀ ਦੀ ਚਾਹ ਦੇ ਜਾਣਾ ਖਾਧਾ ਕੋਈ ਨਹੀਂ ਸਰ ਮੈਂ ਰਾਹ 'ਚ ਉੱਪਰ ਲੰਗਰ ਛਕਿਆ ਹੈ ਨਾ ਉਹਦਾ ਬਣਾ ਕੁਛ ਨਹੀਂ ਖਾਧਾ ਮਾਰਦਿਆਂ ਲਿਸ਼ਕਾ ਲਾਡੋ ਹੈਂ ਲਾਡੋ ਟੂ ਆਏ ਲਾਡੋ ਵਨ ਲਾਡੋ ਟੂ ਲਾਡੋ ਥ੍ਰੀ ਇੱਧਰ ਆਊਗੀ ਹੁਣ ਅਤੇ ਭਾਅ ਜੀ ਸੋਡੀ ਵੱਲ ਆਊਗੀ ਪਤਾ ਹੀ ਨਹੀਂ ਕਿਹਨੇ ਸੱਪ ਕੱਢ ਦੇਣਾ ਹੈ ਇੱਕ ਇੱਕ ਗੜਾ ਮਾਰਿਆ ਬਾਹਰ ਦਾ ਅੱਧੇ ਤੇ ਪਾ ਕੇ ਹੈ ਚੱਲੀਆਂ ਤਾਂ ਆਪਣੀ ਉਨੀਆਂ ਕੀ ਹੁੰਦੀਆਂ ਹੈਨਾ ਚਲੋ ਭਾਈ ਆਹ ਮੁਲਾਜ਼ਮ ਲੋਨ ਤਾਂ ਮਿੰਟੋ ਮਿੰਟੀ ਹੋ ਜਾਣਾ ਲੋਨ ਤਾਂ ਸ਼ਾਮਾਂ ਨੂੰ ਹੋ ਜਾਣਾ ਚਲੋ ਚੱਲੀਏ ਅੱਗੇ ਦੇਖੀਏ ਇਹਨਾਂ ਤੁਸੀਂ ਗੰਦੇ ਬੱਚੇ ਇੱਧਰ ਆਓ ਆ ਜਾਓ ਆ ਜਾਓ ਚੱਲੀਏ ਵੀ ਮਿੱਤਰ ਚੱਲੀ ਸ਼ਬੀਰ ਨੂੰ ਛੜਕੋ ਜੀ ਮਾੜਾ ਜਿਹਾ ਹੈਨਾ ਉਹ ਵਿਚਾਰਾ ਤੂੰ ਅੱਜ ਬਿਜੀ ਹੋ ਗਿਆ ਸੱਜਣ ਸਾਡਾ ਨਹੀਂ ਤੇ ਰੌਣਕ ਤੇ ਪੂਰੀ ਲੱਗਣੀ ਸੀ ਜ਼ਿੰਮੇਵਾਰੀ ਜਦੋਂ ਪੈ ਜਾਂਦੀ ਨਾ ਬੰਦੇ 'ਤੇ ਫਿਰ ਔਖਾ ਹੋ ਜਾਂਦਾ ਹਾਂ ਹਾਂ ਚੱਲਦੇ ਉੱਥੇ ਨਾ ਇੱਥੋਂ ਨਾਲ ਤੇਲ ਪਵਾ ਲਈਏ ਮਾੜਾ ਜਿਹਾ ਪਹਿਲਾਂ ਨਾ ਟੈਂਕੀ ਫੁੱਲ ਕਰਾ ਲਈਏ ਇਹਦੀ ਰਾਜਾ ਤੇਲ ਪਵਾ ਕੇ ਦਊਗਾ ਅੱਜ ਤੇਰੇ ਖਾਤੇ ਮੈਨੂੰ ਪੈਸੇ ਰੜਕਣ ਤੂੰ ਲੈ ਕੇ ਆਏ ਨਾ ਜਿਹੜੇ ਤੇਰੇ ਲੱਗੇ ਨੇਗੇ ਪਾਸੇ ਮੈਨੂੰ ਛੱਬੇ ਵੀਰ ਨੇ ਦੱਸਤਾ ਤੇ ਉਹ ਮੈਨੂੰ ਲੜਕੀ ਜਾਂਦੇ ਸਾਲੇ ਹੈਂ ਇਹਦੀ 20 ਲੀਟਰ ਦੀ ਟੈਂਕੀ ਹੈਗਾ ਵਾ ਫਿਰ ਰਹਿਣ ਦੇ ਫਿਰ ਸਾਈਡ ਤੇ ਲਾਓ ਗੱਡੀ ਤੇ ਆਇਓ ਅਬੇ ਮਿੱਤਰਾ ਆਂਦੇ ਐਚ ਆਰ ਨੰਬਰ ਕਿਉਂ ਲਿਆ ਵੀਰ ਜੀ ਐਚ ਆਰ ਨੰਬਰ ਨਹੀਂ ਆਏ ਇਹ ਟੈਂਪਰੇਰੀ ਨੰਬਰ ਲਾਉਂਦੇ ਇਸ ਹਿਸਾਬ ਨਾਲ ਇਹਦੇ ਵਿੱਚ 50 ਵੀ ਹੈਗਾ ਵਾ ਫਿਰ ਤੁਸੀਂ ਕਹੋਗੇ ਸਮਝਦਾ ਆ ਕੀ ਗੱਲ ਆ ਜਰਾ ਨਹੀਂ ਹੁੰਦਾ ਇਹ ਫੋਨ ਕੱਟਿਆ ਨਾ ਤੁਹਾਨੂੰ ਦੱਸੀ ਮੈਂ ਗੱਲ ਪੈਨਲਾ ਦੇਣ ਮਿੱਤਰਾ 76 ਲੀਟਰ ਪੈ ਗਿਆ ਜੀ 4 ਲੀਟਰ ਪਹਿਲਾਂ ਹੈਗਾ ਏਜੰਸੀ ਵਾਲਾ ਕਹਿੰਦਾ 10 ਲੀਟਰ ਦੇ 10 ਪਾਇਆ ਨਹੀਂ ਏਜੰਸੀ ਵਾਲੇ ਖਰਾਬੀਆਂ ਕਰਦੇ ਆ ਠੀਕ ਆ ਐਚ ਵੀ ਪਾ ਦਿਓ ਐਚ ਵੀ ਉਹ ਪੈਸੇ ਹੁਣ ਉਹ ਮੁੰਡੇ ਦੇਣੇ ਨਿਕਲ ਜਾਣੇ ਆ ਗਏ ਬਸ ਲੰਘਦਾ ਨਹੀਂ ਲੰਘ ਲੰਘ ਚੱਲ ਵੇਖ ਲੱਗ ਜੂ ਪਤਾ ਅੱਜ ਲੰਘ ਲੰਘ ਸਾਲਿਆ ਨਿਕਲ ਜਾ ਮੇਰੇ ਪਦ ਜਿਹੜਾ ਐਡਾ ਪਦ ਹੀ ਮਾਰ ਲੈਂਦਾ ਕਰਾਰੀ ਫਸ ਗਈ ਜੇ ਤੁਹਾਡੀ ਭੈਣ ਨੂੰ ਟੁੱਟ ਨਾ ਜਾਵੇ ਸਾਲਾ ਕੋਈ ਵੀ ਨਹੀਂ ਜਾਊਗਾ ਇੱਧਰ ਆਵਾਂਗਾ ਅੱਛਾ ਤੂੰ ਨਾ ਨਹੀਂ ਲੱਗਾ ਮੈਨੂੰ ਕਦੇ ਫੋਨ ਫੜਨ ਲਾ ਇੱਕ ਬੰਦਾ ਹੋਰ ਹੁੰਦਾ ਨਾ ਮੈਂ ਦੱਸ ਦਿਨ ਪਤਾ ਦੇਣਾ ਨਿਕਲ ਜੇ ਹੈ
ਕਿੰਨੀਆਂ ਖਰਾਕਾ ਕੰਮ ਹੁੰਦੀਆਂ ਹੁੰਦੀਆਂ ਖਰਾਕਾ ਇਹਨਾਂ ਦਾ ਕਿਹੜੇ ਸਾਲਾ ਪਸਮਾ ਕਰਦੀ ਹੈ ਹੈ ਡਾਕਟਰ ਗੋ ਲੋਕਾਂ ਨੂੰ ਕਿਹੜਾ ਢਿੱਲ ਪਤਾ ਇੱਥੇ ਇੱਥੇ 10 ਗੱਡੀ ਲੰਘੀਆਂ ਹੁੰਦੀਆਂ ਇੱਧਰ ਹੀ ਪਤਾ ਕਿੱਥੇ ਢਿੱਲ ਕਿੱਥੇ ਬੈਠੇ ਆ ਲੰਘੇ ਢਿੱਲ ਵਾਲੇ ਲੰਘੇ ਮੈਂ ਜਿੱਦਾਂ ਤੂੰ ਹੈਗਾ ਤੇ ਤੈਨੂੰ ਪਾਜੀ ਮਾਰ ਦੇਣਾ ਹੈ ਵੀਰਾਂ ਨੇ ਕਰਨੀ ਹੁੰਦਾ ਰਾਜੀ ਸੋਲੀ ਬੁੱਗੇ ਫੋਨ ਨਾ ਕੱਟੀ ਫੋਨ ਨਾ ਕੱਟੀ ਫੋਨ ਨਾ ਕੱਟੀ ਵੇ ਫੋਨ ਨਾ ਕੱਟੀ ਰਾਜੀ ਰਾਜੀ ਕੀ ਹੋ ਚੱਲਿਆ ਈ ਸੈਰੋ ਚੱਲਿਆ ਏ ਸਭ ਫੜੇ ਜਾਣਗੇ ਹੈ ਸਹੀ ਗੱਲ ਆ ਤਿੰਨ ਤਿੰਨ ਹੋ ਗਏ ਸਾਡਾ ਬੰਦਾ ਘੱਟ ਘਰ ਬਣਾ ਲੈਂਦਾ ਫਿਰ ਤੁਹਾਡੇ ਨਾਲ ਕਰਦੇ ਗੱਲ ਜਵਾਬ ਦੇ ਗਿਆ ਤੈਨੂੰ ਜਦੋਂ ਕੰਮ ਪੈ ਗਿਆ ਨੀ ਤੇ ਆਪਣੀ ਰੌਣਕ ਚੰਗੀ ਲੱਗਣੀ ਉੱਥੇ ਬੰਦੇ ਘੱਟ ਗਏ ਅੱਜ ਉੱਥੇ ਪਰ ਅਸੀਂ ਪੂਰੀ ਲਹਿਰ ਬੰਨ ਕੇ ਆਏ ਉੱਥੇ ਅਜੇ ਆਪਣਾ ਇਤਨਾ ਨਹੀਂ ਜਾਣਾ ਕੀ ਦੇਣਾ ਬੱਲੇ ਬੱਲੇ ਚੋਂ ਭਾਂਸੇ ਦਾ ਕੀ ਹਾਲ ਮੇਰੇ ਭਾਂਸੇ ਦਾ ਰਾਜੇ ਆਪਣੇ ਮਾਲ ਡੰਗਰ ਦਾ ਪਤਾ ਹੁੰਦਾ ਆ ਤੇਰਾ ਭਲਾ ਜੇ ਐਨ ਪੀ ਨੋ ਪ੍ਰੋਬਲਮ ਤੇ ਨਿਸ਼ਾ ਓ ਤੇਰਾ ਓ ਤੇਰੀ ਮੈਂ ਕੁੱਤਾ ਰਾਤਾ ਹੀ ਕਰੂਗਾ ਓਏ ਉਧਰ ਵੀ ਉਹ ਤੀ ਦੇ ਆਈ ਯਾਰ ਹਾਂ ਲੰਘ ਲੰਘ ਉਹ ਤੇਰਾ ਬੜਾ ਸੀ ਤੂੰ ਵੇਖਿਆ ਨੀ ਕੋਲੀ ਵਾਲੇ ਵੀ ਕਿੱਦਾਂ ਜਾਣ ਡਿਆ ਕੀ ਹੋਇਆ ਪੁੱਤ ਰੱਖਿਆ ਨੀ ਆਇਆ ਪਤਾ ਲੱਗਣਾ ਚਾਹੀਦਾ ਮੈਨੂੰ ਹਾਂ ਓਏ ਤੁਹਾਨੂੰ ਪਤਾ ਲੱਗਣਾ ਪਾਣੀ ਪਾਉਣ ਕੌਣ ਡਿਆ ਮੈਨੂੰ ਤੇਰਾ ਭਲਾ ਹੋ ਗਿਆ ਤੇਰਾ ਬਲਾ ਬਲਾ ਹੀ ਪਈ ਆ ਤੇ ਉਹ ਪੁੱਤ ਉਹ ਤੇਰੇ ਨਾਲ ਖਿੱਚ ਬੇਚਾਰਾ ਮੈਚ ਪਿਆ ਕਿ ਚੇਤਾ ਭੁੱਲ ਗਿਆ ਜੀ ਹੈ ਬਹੁਤ ਲਾੜ ਕਰ ਲੈ ਛਗਣ ਪਾਛੇ ਦੀ ਕਰ ਅਸੀਂ ਕੈਸ਼ ਲੈਣਾ ਸਾਨੂੰ ਸਕੈਨਰ ਸਾਨੂੰ ਕੈਸ਼ ਚਾਹੀਦਾ ਓਏ ਇੱਕ ਗੱਲ ਦੇਖੀ ਜਦੋਂ ਪੈਸਿਆਂ ਦਾ ਨਾਲ ਲਿਆ ਸਾਰੇ ਆ ਕੇ ਬਹਿ ਗਏ ਇਧਰੇ ਕੱਲੇ ਸੋਡੀ ਦਾ ਜਵਾਬ ਰਹਿ ਗਿਆ ਰਮਨ ਹੋਣੀ 2000 ਪਿੱਛੇ ਹੋ ਗਈ ਪਹਿਲਾਂ ਬੜੀ ਛਿਸ਼ੀ ਛਿਸ਼ੀ ਹੋਣ ਡੀ ਤੈਨੂੰ ਥਾਂ ਨੀ ਲੱਭੀ ਬਹਿਣ ਨੂੰ ਤੂੰ ਦਾਖਲ ਹੁੰਦਾ ਰਹਿ ਗਿਆ ਤੂੰ ਵੱਧ ਦੇਣੇ ਆ ਤੇਰਾ ਤੁਹਾਡਾ ਘੱਟ ਆ ਚੱਕਰ ਪੈ ਗਿਆ ਕੁੜੀ ਫੋਟੋ ਖਿੱਚੀ ਆਉਣ ਡੀ ਆਹ ਚਾਹ ਪੀ ਚੱਲੀਏ ਕੁਛ ਨੀ ਟਾਈਮ ਤੇ ਕੁਛ ਨੀ ਆਇਆ ਤੇ ਅਜੇ 12-15 ਹੀ ਆਏ ਕੋਈ ਨੀ ਚੱਲ ਦੇਣਾ ਪਿੰਡ ਲੋਏ ਲਏ ਆਪਾਂ ਰਹਿੰਦਾ ਕੋਈ ਨਾਣੀ ਲੈਣ ਡੇ ਜਾਣਾ ਪੈਣਾ ਉੱਥੇ ਆਇਆ ਕੱਲ ਨੂੰ ਫਿਰ ਹੋਰ ਕੀ ਆ ਚਲੋ ਚੱਲੀਏ ਹੌਲੀ ਹੌਲੀ ਇੱਧਰ ਵੇਖ ਲਾ ਇੱਕ ਤੂੰ ਚਾਹ ਪਿਉਣ ਤੂੰ ਕੱਪਾਂ ਨੂੰ ਛੱਡੀ ਜਾਂਦਾ ਲਾਈ ਦੀ ਇਹਨਾਂ ਕੱਪਾਂ ਨੂੰ ਢਿੱਡ ਆਇਆ ਸਹੀ ਗੱਲ ਤੁਹਾਡੇ ਦੋਵਾਂ ਦੇ ਹੀ ਆਏ ਚੱਲ ਜਾਣਾ ਹੈ ਰੈਗੂ ਕਰ ਲੈਂਦੇ ਆ ਚੱਲੋ ਜੀ ਨਿਕਲ ਆ ਗਏ ਇਹ ਗੱਲ ਹੈ ਲੈ ਬੇ
अपने घट दते पैसे रेट नी हो गया है डील लानी है निशान क्या होना पिंड जान की तैयारी खिंच ली नहीं मने बंदे हटे ਕਹਿੰਦੇ ਜਾਣਾ ਹੀ ਪੈਣਾ ਪਿੰਡ ਜਾਣਾ ਹੀ ਪੈਣਾ ਕੋਈ ਨੀ ਕੱਲ ਨੂੰ ਫੇਰ ਆ ਜਾਾਂਗੇ ਜਾਣਾ ਮੈਨੂੰ ਇਹ ਗੱਲ ਦੱਸੋ ਹਾਂ ਦੱਸ ਹੈਲਮਟ ਦਾ ਤਾਂ ਸੜਕ ਤੇ ਚੱਕਰ ਹੁੰਦਾ ਇੱਥੇ ਤੇ ਨਹੀਂ ਚਲਾਣ ਉਹਨਾਂ ਲਿਫਟ ਜੇ ਕੀ ਪਤਾ ਕਿਤੇ ਲਿਫਟ ਡੇਪੇ ਠਾਂ ਸਿਰ ਚ ਵੱਜ ਬਾਰ ਉਤਾਰਨਾ ਹਾਂ ਓਕੇ ਓਕੇ ਬਾਈ ਇਹੀ ਕੁਝ ਕਿਹਾ ਹੀ ਨਹੀਂ ਇਹ ਥੋੜਾ ਸਾ ਆ ਗਿਆ ਜਿਹੜਾ ਉਹਕਾ ਹੈਲਮਟ ਨਾ ਲਿਫਟ ਬੰਦ ਨਹੀਂ ਹੋਣੇ ਤੇਰਾ ਇਹਦੇ ਬਹੁਤ ਚੱਕਰ ਪੜ ਜਾਏ ਚੱਕਰ ਪੈ ਗਿਆ ਲਾ ਕੇ ਚੱਲ ਜੋ ਤੇਨ ਤੇ ਕੱਲ ਹੀ ਦੋ ਦੋ ਜਾਣਿਆਂ ਨੇ ਜਾਣਾ ਫਿਰ ਵਾਪਸ ਕਦੋਂ ਲਿਆਵਾਂਗੇ ਗੱਡੀ ਬਾਕ ਤੁਸੀਂ ਆਉਣਾ ਹੀ ਆ ਕੱਲ ਨੂੰ ਉਦੋਂ ਲੈ ਜਿਓ ਕਿਦਾਂ ਕਰੀ अंबरसर सीधा हो जाना पहला टल साहब ये सवेरे जाना सीधी घर दिन लैके पहुंच गई यार घरे टाइम वेख लो चार बज गई मित्रा चार चंगा भी मित्रों चंगा फिर चलते हैं कल मिलते हैं दिन साढ़ा दिन चढ़ गया अं तो सामने चार बजे आए हैं तो अं हूँ उठा लेट ही तो पर उठते हैं सर फिर घेंट जहा ब्लॉग बनावे अंबरसर जावे नवी गड्डी से गुरु महाराज दर्शन मेले करा हूँ टायर टप्पा चढ़ा तो बाबा सुख रखे लम्मा टूर भी क्ढा ਗੁਰਦੁਆਰਾ ਸਾਹਿਬ ਦਾ ਜਾਂ ਕੱਢਾਂਗੇ ਹਜ਼ੂਰ ਸਾਹਿਬ ਦਾ ਜਾਂ ਹੇਮਕੁੰਡ ਸਾਹਿਬ ਦਾ ਮੂੰਹ ਨਹੀਂ ਕੱਢਦੇ ਦੋਵਾਂ ਦੇ ਵਿੱਚੋਂ ਜਿੱਥੇ ਮਾਲਕ ਦਾ ਹੁਕਮ ਹੋਇਆ ਉੱਧਰ ਨੂੰ ਗੱਡੀਆਂ ਖਿੱਚੀਆਂ ਜਾਣਗੀਆਂ ਵੇਖੋ ਕਦੋਂ ਜਾਂਦੀਆਂ ਅਸੀਂ ਅੱਜ ਸੋਚਣ ਡੇ ਅਸੀਂ ਕਹਿੰਦੇ ਕਹਿੰਦਾ ਮੂੰਹ ਚੋਂ ਨਹੀਂ ਕੱਢਣੀ ਚਾਹੀਦੀ ਪੱਕਾ ਨਹੀਂ ਕਰਨਾ ਚਾਹੀਦਾ ਬਾਕੀ ਮਾਲਕ ਦੇ ਹੁਕਮ ਨਾਲ ਹੈ ਜਿੱਧਰ ਰੱਬ ਨੇ ਹੁਕਮ ਕਰਤਾ ਉੱਧਰ ਨੂੰ ਹੋ ਜਾਣਾ ਆਪਾਂ ਬਾਕੀ ਮਿਲਦੇ ਹਾਂ ਕੱਲ੍ਹ ਨਵੇਂ ਬਲੌਗ ਕੇ ਸਾਥ ਕੁਛ ਨਿਆ ਲੈ ਕੇ ਆਏਂਗੇ ਆਪਕੇ ਲਈ ਅਗਲੇ ਹਫ਼ਤੇ ਮੇਂ पता है आपको बहुत अस्तान हो आप अगले हफ्ते में कम से ब्लॉग आने वाले हैं पता है इनको हरमन पता है इनको ते बाकी की वेखी जाते भरा सो जो ना जो नवे भरा जुड़े ये चैनल सबसक्राइब करके रखा करो ना फिर मैं पूछते रहते भाई ब्लॉग कदों आना तुम्हें पूछने की लड़ नहीं बैल आइकन रखो तो सबसक्राइब करके रखो पूछने की लड़ नहीं है सारा ब्लॉग जो वेख लिया तुम घेंट जहाँ कमेंट कर दो है कि चीज़ चंगी लगी तो कि चीज़ माड़ी लगी है मिलते हैं कल नवे ब्लॉग के नाल एक गल होर सच इंस्टाग्राम स्नैपचैट से गेड़ा मारा करो उत्थे सारा दिन रौनक ला छी को ना को पाई छीता ठीक है बाकी गल्लां पता करते हैं कल नूं।